तू मंदिर मस्जिद जा भावें, पीर फकीर त्या भावें, हा फकर दी नहीं मुड़नी, सौ वारी गंगा नहा भावें, नहीं सहंदा दर्द विछोड़े दा, गऊ मारी जिन्ना पाप लगूनी काशक दा दिल तोड़। जे छड़ के तुरगी बेदर दे, तेरी याद च मैं फना होना है, जिन्ने टुकड़े होने दिल दे, नहीं हर टुकड़े ते तेरा नाम। गीतकारी जां कोई भी कम तां निरंतर अभ्यास दे नाल होर निखरदा, होर ज्यादा हुंदा। तुसीं तां झोल बड़ा मर जांदे हो कई कई वरियां दा। कृपा ही इन्नी है वी जदों मेरे सामने आर्टिस्ट आउंदा ना, मैनूं इह लगदा वी मैनूं इहदे वास्ते की कम करना चाहीदा, मेरे उदों ही कृपा है। मेरी कोशिश है भी मेरा टेलर मास्टर वाला कम है, बीच कपड़ा जा झग्गा बना के तेरे गल च ही पावा रेडीमेड। उदो कुछ होर आउटदा ही नहीं सी, जे कोई गल निकली है तां गीत, जे तुसी गल छेड़ती उहदे च भी गीत है। ते गीत मुकदे मैनूं संधीला साहब दी गल बहुत याद आई है, ते मैनूं कहिंदा भिंदर जदों तेरे गीत चलणगे ना, तेरे कोल गीत लिखण दा टाइम नहीं होंदा, ना तेरे कोल गीत होया था। अच्छा, ते उह बंदे दी जवान सुलखणी है, ते मेरे कोल कम हुंदा सी ते गीत नहीं हुंदे। जो तुहाडी तूती बोलदी सी ते तुहाडे बराबर बचन बेदल दी ही तूती बोलदी सी। बिल्कुल, पर उदों मन्निया जांदा सी वी बचन बेदल ते भिंदर टब वाली दी बणदी नहीं। बहुत सारे गायक तुसी पैदा कीते ने, बहुत सारे गायकां नूं पैरां सिर तुसी कीता है, इन्हां दे विच्चों इक ना जसविंदर बराड़ दा वी है। मुंडे सी रिकॉर्ड कर रहे सी, मेरी इक भाल सी यार, इक मुंडिआं वर्गी कुड़ी बनाई, पर जसविंदर नूं मैं सुणिआ जसविंदर मानक साहब नूं गाउंदा, फिर मैं यार इहदी नब्ज फड़ी। परफॉर्मर बहुत वधिया है, एक्टर बहुत वधिया है, जे कोई तीन पंज करे गल पाउण पैण लगी वी मैनूं लगदी। हां, ਅਤੇ ਜਿਹੜੇ ਮੈਕ ਨਾਲ ਡੰਮੀ ਨਹੀਂ ਕਰਦੇ ਹੁੰਦੇ, 2000 ਦਾ 1500 ਦਾ ਮੈਕ, ਉਸ ਮੈਕ 'ਤੇ ਡੱਬ ਕੀਤਾ ਸੀ ਜਸਵਿੰਦਰ ਨੂੰ। ਅੱਛਾ, ਅਤੇ ਟੋਨ ਆਈ, ਕਿਆ ਬਾਤ ਹੈ, ਅਤੇ ਫਿਰ ਉਸ ਖਾੜੇ ਨੇ ਹਨੇਰੀਆਂ ਲਿਆਤੀਆਂ। ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ 'ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਚੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਾਂ ਹਰਮਨ ਥਿੰਦ, ਅਤੇ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਹਾਜ਼ਰ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਖੇਤਾਂ ਦੇ ਵਿੱਚ ਬੈਠੇ ਹਾਂ, ਹਾਂ, ਪੰਛੀਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ, ਅਤੇ ਦੂਰ ਕਿਤੇ ਇੱਕ ਟਰੈਕਟਰ ਦੇ ਉੱਪਰ ਵੀ ਕੋਈ ਗੀਤ ਚੱਲ ਰਿਹਾ, ਅਤੇ ਉੱਥੇ ਟਰੈਕਟਰ ਦੇ ਉੱਤੇ ਸੁਰਜੀਤ ਬਿੰਦਰਖੀਆ ਚੱਲ ਰਿਹਾ। ਆਹਾ, ਇੱਕ ਫੁੱਲ ਕੱਢਦਾ ਫੁਲਕਾਰੀ, ਆਹਾ, ਤਿੱਖੜ ਦੁਪਹਿਰ ਦੇ ਵਿੱਚ ਫੁੱਲ ਕੱਢਦਾ ਫੁਲਕਾਰੀ, ਤੇ ਮੁੜਕੋ ਮੁੜਕੀ ਹੋਏ ਪਏ ਆ ਜੀ। ਬਿਲਕੁਲ ਸਹੀ, ਅੱਜ ਬਿਲਕੁਲ ਹੀ ਹਵਾ ਬੰਦ ਆ, ਥੋੜੀ ਥੋੜੀ ਵਿੱਚ ਵਿੱਚ ਚੱਲਦੀ ਹੈ, ਹਾਂ, ਪਰ ਕੋਈ ਗੱਲ ਨਹੀਂ, ਚਲੋ ਕੰਮ ਕਰਨਾ ਹੈ ਤਾਂ ਫਿਰ ਨਖਰਾ ਕਾਹਦਾ। ਬਿਲਕੁਲ ਜੀ। ਸੋ ਅੱਜ ਫਿਰ ਤੋਂ ਇੱਕ ਖਾਸ ਕਿਸ਼ਤ ਲੈ ਕੇ। ਬਿਲਕੁਲ ਜੀ, ਅਸੀਂ ਹੁਣ ਵੀ ਬਾਂਦਰ ਜਟਾਣਾ ਪਿੰਡ ਦੇ ਵਿੱਚ ਮੌੜ ਸਾਹਿਬ ਦੇ ਫਾਰਮ ਹਾਊਸ ਦੇ ਵਿੱਚ ਆ। ਪਰਲੇ ਪਾਸੇ ਜਿੱਥੇ ਪੂਲ ਬਣਿਆ ਉਧਰ ਧੁੱਪ ਬੜੀ ਸੀ, ਅਸੀਂ ਆਖਿਆ ਵੀ ਛਾਂ ਦੇ ਵਿੱਚ ਬੈਠੀਏ, ਤੇ ਗੱਲ ਫਿਰ ਬਣਦੀ ਹੈ ਪੰਛੀਆਂ ਦੀਆਂ ਆਵਾਜ਼ਾਂ, ਕਮਾਲ। ਤੇ ਅੱਜ ਨਾ ਇੱਕ ਐਸੇ ਗੀਤਕਾਰ ਦੇ ਨਾਲ, ਕਲਮ ਵਾਹਕ ਦੇ ਨਾਲ ਗੱਲ ਕਰਨੀ ਆ, ਜਿਨ੍ਹਾਂ ਦੇ ਬਾਬਤ ਬਹੁਤ ਸਾਰਾ ਗਿਆਨ ਲੋਕਾਂ ਨੂੰ ਹੈਗਾ, ਕਿਉਂਕਿ ਇੱਕ ਵੇਲਾ ਸੀ ਕੈਸਟ ਦੇ ਦੌਰ ਦੇ ਵਿੱਚ ਜਦੋਂ ਦੋ ਬੰਦਿਆਂ ਦਾ ਨਾਂ ਵਿਕਦਾ ਸੀ, ਉਹਦੇ ਵਿੱਚ ਇੱਕ ਭਿੰਦਰ ਡੱਬ ਵਾਲੀ, ਦੂਜਾ ਬਚਨ ਬੇਦਲ, ਦੋਵਾਂ ਦੇ ਗੀਤ ਫਸ ਫਸ ਕੇ ਆਉਂਦੇ ਸੀ, ਦੋਵਾਂ ਨੇ ਕਲਾਕਾਰਾਂ ਨੂੰ ਬਹੁਤ ਸਾਰਿਆਂ ਨੂੰ ਖੜ੍ਹੇ ਕੀਤਾ, ਯਾਨੀ ਕਿ ਆਪਾਂ ਕਹਿ ਲਈਏ ਪੈਦਾ ਕੀਤਾ ਗਾਇਕੀ ਦੀ ਮੰਡੀ ਦੇ ਵਿੱਚ। ਅਤੇ ਭਿੰਦਰ ਡੱਬ ਵਾਲੀ ਅੱਜ ਸਾਡੇ ਨਾਲ ਨੇ, ਉਹਨਾਂ ਨੇ ਬਹੁਤ ਲੰਮੀ ਚੌੜੀ ਗਿਣਤੀ ਦੇ ਵਿੱਚ ਗੀਤ ਲਿਖੇ ਆ, ਮੇਰਾ ਖਿਆਲ ਆ ਵੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆ। ਜਸਵਿੰਦਰ ਬਰਾੜ ਦੀ ਗੱਲ ਕਰੀਏ, ਹਰਦੇਵ ਮਾਹੀ ਨੰਗਲ ਦੀ ਗੱਲ ਕਰੀਏ, ਧਰਮਪ੍ਰੀਤ ਦੀ ਗੱਲ ਕਰੀਏ, ਵੀਰ ਦਵਿੰਦਰ ਦੀ ਗੱਲ ਕਰੀਏ, ਜਸ਼ਨਦੀਪ ਦੀ ਗੱਲ ਕਰੀਏ, ਕਿਹਦੀ ਕਿਹਦੀ ਗੱਲ ਕਰੀਏ, ਬਿਲਕੁਲ ਸਹੀ, ਨਸੀਬੋ ਲਾਲ ਤੱਕ ਨੇ ਉਹਨਾਂ ਦੇ ਗੀਤ ਗਾਏ ਹੋਏ ਆ। ਸੋ ਅੱਜ ਪੁੱਛਾਂਗੇ ਵੀ ਗੀਤਕਾਰੀ ਦਾ ਝਰਨਾ ਕਿਵੇਂ ਫੁੱਟਦਾ ਸੀ, ਕਿਵੇਂ ਵਗਦਾ ਸੀ ਇਹ ਪਾਣੀ ਵਾਂਗੂ ਕਲ ਕਲ ਕਰਕੇ, ਅਤੇ ਕੀ ਦੁਸ਼ਵਾਰੀਆਂ ਸੀ, ਅਤੇ ਕਲਾਕਾਰਾਂ ਦੇ ਨਾਲ ਕਿਹੋ ਜਿਹੇ ਤਜਰਬੇ ਰਹੇ ਆ। ਅਤੇ ਅੱਜ ਕੱਲ੍ਹ ਗੀਤਕਾਰ ਕਹਿੰਦੇ ਵੀ ਮੈਂ 1,00,000 ਰੁਪਏ ਦਾ ਗਾਣਾ ਦਿੰਦਾ, ਮੈਨੂੰ ਤਾਂ ਇੱਕ ਦਿਨ ਮਿਲਿਆ, ਕਹਿੰਦਾ ਮੈਂ 2,00,000 ਦਾ ਗਾਣਾ ਦਿੰਦਾ। ਅੱਛਾ ਜੀ। ਮੈਂ ਆਖਿਆ ਵੀ ਯਾਰ ਕਾਸ਼ ਮੈਂ ਗਾਣੇ ਲਿਖਣੇ ਜਾਣਦਾ ਹੁੰਦਾ, ਤੇ ਗੱਲ ਹੀ ਮੁੱਕ ਜਾਂਦੀ ਜੀ। ਸੋ ਆਪਾਂ ਪਤਾ ਨਹੀਂ ਮੇਰੇ ਤਾਂ ਪਿੰਨ ਦੀ ਨਿਬ ਵੀ ਨਹੀਂ ਇੰਨੀ ਮਹਿੰਗੀ ਹੋਣੀ। ਚਲੋ ਆਪਾਂ ਗੱਲਬਾਤ ਕਰਨੀ ਭਿੰਦਰ ਡੱਬ ਵਾਲੀ ਨਾਲ ਜੀ। ਸੋ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਪ੍ਰਾਈਮ ਏਸ਼ੀਆ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਭਿੰਦਰ ਡੱਬ ਵਾਲੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਟਾਣਾ ਸਾਹਿਬ, ਹਰਮਨ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਵੀ ਸਾਰਿਆਂ ਨੂੰ। ਬਾਈ ਜੀ, ਬੜੇ ਚਿਰਾਂ ਬਾਅਦ ਆਪਾਂ ਮਿਲੇ ਹਾਂ। ਬਿਲਕੁਲ ਬਿਲਕੁਲ। ਤੇ ਤੁਸੀਂ ਤੰਦਰੁਸਤ ਹੋ, ਫਿੱਟ ਹੋ, ਕਿਰਪਾ ਪੂਰੇ ਛਾਂਟਵੇਂ ਸਰੀਰ ਵਾਲੇ ਹੋ, ਤੇ ਬੜਾ ਚੰਗਾ ਲੱਗਾ, ਤੁਸੀਂ ਨਰੋਏ ਰਹੋ ਇਦਾਂ ਹੀ। ਠੀਕ ਹੈ, ਚਲੋ, ਜ਼ਿੰਦਗੀ ਜ਼ਿੰਦਾਬਾਦ ਇਹ ਨਹੀਂ ਰਹੀ ਹੈ। ਹਾਂਜੀ, ਕਿਵੇਂ ਚੱਲਦੀ ਹੈ ਜ਼ਿੰਦਗੀ? ਬਹੁਤ ਵਧੀਆ, ਬਹੁਤ ਵਧੀਆ। ਗੀਤ ਦਾ ਫਿਰ ਸਫ਼ਰ ਜਾਰੀ ਹੈ? ਹਾਂ, ਗੀਤਾਂ, ਹਾਂ ਨਹੀਂ, ਮੈਂ ਟਾਣਾ ਸਾਹਿਬ, ਮੇਰੀ ਇੱਕ ਵੱਖਰੀ ਜੀ ਹੈਗੀ ਹੈ
दुनियादारी गीतकारी मैं मतलब मैं नहीं कह सकता भी मैं अज गीत लिखा मैं कल गीत लिखा मैं लिखता भी नहीं मैं जो कम छड़ता मेरा सिंगर मेरे को है नहीं मैं कोई गीत नहीं लिखता अच्छा। ना ही मेरी मेरी कोशिश होंगी भी मैं गीत लिखे या मैं गीत लिखा जो मैं कम छड़ा मैं 13 च मेरा दीवी वीर दिंदर नो कमिटमेंट पूरी हुई है असी छड़ा मैं उदू बाद एक मुंडा होर नवा किया पांच सत्त गीत लिखे 3-4 रिकॉर्ड करते 5-4 पे है उही पे है मैं दोबारा नहीं पर गीतकारी जा कोई भी काम तो निरंतर अभ्यास के नाल होर निखरदा होर ज्यादा हुंदा हां जी जिवें पत्रकार आ जो 4 दिन खबर ना लिखे तो मैं लगता भी मैं शायद लिखने भुल जा मैं अपने आप को लगता भी जो शनि एतवार विचाले आता ना भी सोमवार को भी यार मैं कोई ए पूरी कसमी जे तरीके खबर की पेशकारी शायद नहीं कर रहा अज क्योंकि 2 दिन की छुट्टी पै जाती है तुम तो झोल बड़ा मर जाने कई कई वरिया का नहीं जी मैं मतलब कृपा ही इन्नी है भी जो मेरे सामने आर्टिस्ट आता ना मैं ये लगता भी मैं ये वास्ते की काम करना चाहिए मेरे उदों ही कृपा है अच्छा ਇਹ ਨਹੀਂ ਮੈਂ ਹੁਣ ਗੀਤ ਲਿਖੀ ਜਾਂਦਾ ਮੈਂ ਲਿਖ ਲਿਆ ਮੈਂ ਆਪਦਾ ਗੀਤਕਾਰੀ ਇੱਕ ਐਸੀ ਚੀਜ਼ ਹੈ ਵੀ ਤੁਸੀਂ ਮਨ 'ਚ ਬਣਾ ਲਿਆ ਵੀ ਆਹ ਮੇਰਾ ਗੀਤ ਹੈ ਇਹਦਾ ਆਹ ਥੋਟ ਹੈ ਇਹਦੀ ਆਹ ਕੰਪੋਜੀਸ਼ਨ ਹੈ ਇਹਦਾ ਆਹ ਰੰਗ ਹੈ ਵੀ ਇਹਨੂੰ ਮੈਨੂੰ ਕਿਉਂ ਤੋਂ ਗਾਉਣਾ ਉਹ ਬੰਦਾ ਮੇਰੇ ਸਾਹਮਣੇ ਹੈ ਨਹੀਂ ਮੇਰੇ ਸਾਹਮਣੇ ਬੰਦਾ ਹੋਰ ਬੈਠਾ ਹੈ ਲਿਖੀ ਮੈਂ ਕੁਛ ਹੋਰ ਬੈਠਾ ਹੈ ਫਿਰ ਫਾਇਦਾ ਨਹੀਂ ਹੈ ਮੇਰੀ ਕੋਸ਼ਿਸ਼ ਹੈ ਵੀ ਮੇਰਾ ਟੇਲਰ ਮਾਸਟਰ ਵਾਲਾ ਕੰਮ ਹੈ ਵੀ ਕੱਪੜਾ ਇਹਦਾ ਝੱਗਾ ਬਣਾ ਕੇ ਤੇਰੇ ਗਲ 'ਚ ਹੀ ਪਾਵਾਂਗੇ ਰੈਡੀਮੇਡ ਪਜਾਮਾ ਨਹੀਂ ਨਿਕਰ ਸਹੀ ਬਹੁਤ ਸਾਰੇ ਸਾਨੂੰ ਵੀ ਸੱਜਣ ਸੰਪਰਕ ਕਰਦੇ ਆ ਬਾਈ ਜੀ ਮੈਨੂੰ ਕੋਈ ਗੀਤ ਗਾਉਣ ਵਾਸਤੇ ਅੱਗੇ ਹੀ ਨਹੀਂ ਆਉਂਦਾ ਮੈਂ ਤਾਂ ਬਹੁਤ ਚੰਗੇ ਗਾਣੇ ਲਿਖੇ ਹਨ ਹਰ ਕਿਸੇ ਨੂੰ ਲੱਗਦਾ ਕਿ ਮੈਂ ਚੰਗਾ ਨਹੀਂ ਲਿਖਦਾ ਹਰ ਬੰਦਾ ਚੰਗਾ ਹੀ ਲਿਖਦਾ ਫਿਰ ਮਤਲਬ ਤੁਸੀਂ ਤਾਂ ਮੌਕੇ ਤੇ ਲਿਖਦੇ ਘੜਦੇ ਆ ਜਿਵੇਂ ਸਾਈ ਤੇ ਗਾਣਾ ਲਿਖਾਇਆ ਹੁੰਦਾ ਸਾਈ ਤੇ ਗਾਣਾ ਠੀਕ ਆ ਇਹ ਪਰ ਉਹਨਾਂ ਬਾਰੇ ਕੀ ਕਹੋਗੇ ਨਹੀਂ ਦੇਖੋ ਜੀ ਜਦੋਂ ਵੀ ਕੋਈ ਵੀ ਬੰਦਾ ਕੰਮ ਕਰ ਲੱਗਦਾ ਹੈ ਉਹਨੂੰ ਕੋਸ਼ਿਸ਼ ਹੁੰਦੀ ਮੈਂ ਲਿਖ ਕੇ ਰੱਖ ਲਾਂ ਜਦੋਂ ਮੇਰੀ ਵਾਰੀ ਆ ਗਈ ਕਿਤੇ ਇਹ ਨਾ ਵੀ ਮੇਰੇ ਕੋਲ ਗੀਤ ਮੁੱਕ ਜਾਣ ਅਤੇ ਗੀਤ ਮੁੱਕਦੇ ਮੈਨੂੰ ਸੰਧੀਲਾ ਸਾਹਿਬ ਦੀ ਗੱਲ ਬਹੁਤ ਜ਼ਿਆਦਾ ਆਈ ਹੈ ਉਹ ਮੇਰੇ ਕੋਲ ਆਉਂਦੇ ਹੁੰਦੇ ਅਤੇ ਮੈਂ ਗੀਤ ਵਿਖਾਉਣਾ ਜਿਵੇਂ ਉਸਤਾਦ ਲੋਕ ਹੈ ਪੁਰਾਣੇ ਸੀਨੀਅਰ ਹੈ ਭਰਾ ਆਪਣੇ ਵੱਡੇ ਮੈਂ ਬਹੁਤ ਸਤਿਕਾਰ ਕਰਦਾ ਉਹਨਾਂ ਦਾ ਅਤੇ ਮੈਨੂੰ ਕਹਿੰਦਾ ਭਿੰਦਰ ਜਦੋਂ ਤੇਰੇ ਗੀਤ ਚੱਲਣਗੇ ਨਾ ਤੇਰੇ ਕੋਲ ਗੀਤ ਲਿਖਣ ਦਾ ਟਾਈਮ ਨਹੀਂ ਹੁੰਦਾ ਨਾ ਤੇਰੇ ਕੋਲ ਗੀਤ ਹੋਇਆ ਕਰਨੀ ਅੱਛਾ ਅਤੇ ਉਹ ਬੰਦੇ ਦੀ ਜਵਾਨ ਸੁਲੱਖਣੀ ਹੈ ਅਤੇ ਮੇਰੇ ਕੋਲ ਕੰਮ ਹੁੰਦਾ ਸੀ ਅਤੇ ਗੀਤ ਨਹੀਂ ਹੁੰਦੇ ਸੀ ਰਿਕਾਰਡਿੰਗ ਡੇਟ ਹੁੰਦੀ ਸੀ ਅਤੇ ਗੀਤ ਨਹੀਂ ਹੁੰਦੇ ਸੀ ਚਲੋ ਯਾਰ ਫਿਰ ਮੇਰੇ ਮੇਰੀ ਟੀਮ ਨੂੰ ਮੇਰੇ 'ਤੇ ਇੰਨਾ ਭਰੋਸਾ ਸੀ ਰੱਬ ਜਿੰਨਾ ਅਤੇ ਮੈਨੂੰ ਰੱਬ 'ਤੇ ਭਰੋਸਾ ਸੀ ਵੀ ਗੱਡੀ ਦਿੱਲੀ ਨੂੰ ਉਹ ਹੀ ਲੈ ਜਾਂਦੇ ਆਪੇ ਬਣ ਜਾਂਦੇ ਸੀ ਰਾਜ ਹਾਰਮੋਨੀਅਮ ਵਿੱਚ ਰੱਖਣਾ ਗੱਡੀ ਦੇ ਕਦੇ ਮੇਰੇ ਨਾਲ ਦਿਲ ਖੁਸ਼ ਹੁੰਦਾ ਸੀ ਕਦੇ ਬੀਨਾ ਸਾਗਰ ਸੀ ਕਦੇ ਇੱਕ ਮੁੰਡਾ ਰਾਜੂ ਜਿਹੜੇ ਮੇਰੇ ਨਾਲ ਕੰਪੋਜ਼ ਬੰਦੇ ਕਰਦੇ ਸੀ ਅਤੇ ਮੇਰੀ ਟੀਮ ਨੂੰ ਕੌਨਫੀਡੈਂਸ ਹੀ ਇੰਨਾ ਸੀ ਠੀਕ ਹੈ ਹੋਈ ਪਹਿਲਾ ਗਾਣਾ ਕਿਹੜੀ ਉਮਰ 'ਚ ਲਿਖਿਆ ਸੀਗਾ ਪਹਿਲਾ 15-16 ਸਾਲ ਦੀ ਉਮਰ ਕੀ ਬੋਲ ਸੀ ਉਹਦੇ ਉਹ ਟਹਿਣਾ ਸਾਹਿਬ ਜਿਹੜੇ ਮੇਰੇ ਉਹ ਗੀਤ ਸੀਗੇ 15 ਤੋਂ ਲੈ ਕੇ 16-17 ਜੀ ਉਹ ਰਿਕਾਰਡ ਨਹੀਂ ਹੋਏ ਹੈ ਅੱਛਾ ਉਹ ਗੀਤ ਅਸਲ ਉਹ ਗੀਤ ਹੀ ਉਹ ਸੀਗੇ ਬਾਕੀ ਤਾਂ ਬਿਜ਼ਨਸ ਹੋ ਗਿਆ ਅੱਛਾ ਹਾਂਜੀ ਉਹ ਗੀਤ ਸੀ ਵੀ ਦਿਲ ਦੀਆਂ ਸਧਰਾਂ ਦਿਲ ਵਿੱਚ ਰਹਿ ਗਈਆਂ ਦਿਲ ਦੀਆਂ ਸਧਰਾਂ ਦਿਲ ਵਿੱਚ ਰਹਿ ਗਈਆਂ ਅਮੀਏ ਨਾ ਪੂਰੇ ਹੋਏ ਚਾਹ ਗਿੱਲੇ ਗੋਹੇ ਵਾਂਗੂ ਸਦਾ ਧੁੱਖਦਾ ਰਹੂ ਨਹੀਂ ਮਾਏ ਜਿੰਨਾ ਚਿਰ ਹੁੰਦਾ ਨਹੀਂ ਸਵਾ ਧੂੰਆਂ ਬਣ ਬਣ ਮੇਰੇ ਉੱਡੇ ਅਰਮਾਨ ਮਾਏ ਲੋਕਾਂ ਦੀਆਂ ਬੁੱਲੀਆਂ ਅਤੇ ਹਾਸਾ ਕੱਖਾਂ ਵਾਂਗੂ ਗਲੀਆਂ 'ਚ ਰੁਲ ਗਈ ਜਵਾਨੀ ਮੇਰੀ ਬਣ ਗਿਆ ਜਗਤ ਤਮਾਸ਼ਾ ਆਪਣੇ ਪਰਾਏ ਮੇਰੇ ਬਣ ਗਏ ਨਹੀਂ ਮਾਏ ਜਿਉਂਦੇ ਜਾਗਦੇ ਨੂੰ ਦਿੱਤਾ ਲਾਂਬੂ ਲਾ ਗਿੱਲੇ ਗੋਹੇ ਵਾਂਗੂ ਸਦਾ ਧੁੱਖਦਾ ਰਹੂ ਨਹੀਂ ਮਾਏ ਜਿੰਨਾ ਚਿਰ ਹੁੰਦਾ ਨਹੀਂ ਸਵਾ 16-17 ਸਾਲ ਦੀ ਉਮਰ 'ਚ ਲਿਖਿਆ ਹਾਂਜੀ ਅਤੇ ਬਾਅਦ ਦੇ ਵਿੱਚ ਗਾਇਆ ਕਿਸੇ ਨੇ ਨਹੀਂ ਹੋਰ ਕੋਲ ਇਹ ਗਵਾਇਆ ਹੀ ਨਹੀਂਗਾ ਮੈਂ ਗਵਾਇਆ ਕੁਛ ਜਿਹੜੇ ਮੇਰੇ ਵਜ੍ਹਾ ਕੋਈ ਖਾਸ ਅਸਲ ਉਦੋਂ ਇੱਕ ਤਾਂ ਉਮਰ ਬਹੁਤ ਨਿਆਣੀ ਸੀ ਇੱਕ ਘਰੋਂ ਗਾਲਾਂ ਬਹੁਤ ਮਿਲਦੀਆਂ ਹੁੰਦੀਆਂ ਸੀ ਵੀ ਕਲਾਕਾਰਾਂ ਨਾਲ ਰਲ ਗਿਆ ਫਲਾਣਾ ਹੋ ਗਿਆ ਧੌਂਕਾ ਹੋ ਗਿਆ ਇਹ ਕਰਦਾ ਫਿਰਦਾ ਅਤੇ ਉਹਨਾਂ ਦਿਨਾਂ 'ਚ ਇੱਕ ਸ਼ਾਇਦ ਤੁਹਾਡੇ ਵੀ ਮਿੱਤਰ ਰਹੇ ਹੋਣੇ ਆ ਹੋਣਗੇ ਵਧੀਆ ਤੁਹਾਡੇ ਇਲਾਕੇ ਦਾ ਮੁੰਡਾ ਬਲਧੀਰ ਮਾਲਾ ਬਿਲਕੁਲ ਜੀ ਕੁੱਕੂ ਰਾਣਾ ਰੋਂਦਾ ਕੁੱਕੂ ਰਾਣਾ ਇਹ ਮੇਰੇ ਸਾਡੇ ਮੇਰੇ ਸ਼ਹਿਰ ਇੱਕ ਇਹ ਸਿਹਰਾ ਗਾਉਣ ਗਿਆ ਸੀ ਚਲੋ ਉਸ ਵਿਆਹ 'ਚ ਜਿਵੇਂ ਅਸੀਂ ਜਿਵੇਂ ਆਪਾਂ ਨਿੱਕੇ ਨਿੱਕੇ ਉਦੋਂ ਮੁੰਡੇ ਹੁੰਦੇ ਪ੍ਰੀਹੇ ਹੀ ਹੁੰਦੇ ਸੀ ਆਪਾਂ ਵੇਟਰ ਆਪਾਂ ਹੀ ਹੁੰਦੇ ਸੀ ਮਤਲਬ ਹੁਣ ਵੇਟਰਾਂ ਦਾ ਰਿਵਾਜ਼ ਤਾਂ ਹੁਣ ਹੋ ਗਿਆ ਵੀ ਉਦੋਂ ਨਹੀਂ ਹੁੰਦੇ ਸੀ ਚਲੇ ਇਹਨੇ ਸਿਹਰਾ ਸੁਰਾ ਗਾਇਆ ਵਧੀਆ ਅਤੇ ਉਹ ਸਾਡੇ ਮੇਰੇ ਬਹੁਤ ਫਰੀਦਕੋਟ ਤੋਂ ਆਈ ਸੀ ਬਰਾਤ ਮਿਲਣ ਵਾਲੇ ਸੀ ਆਖੇ ਯਾਰ ਸਾਡਾ ਮੁੰਡਾ ਵੀ ਗਾਣੇ ਲਿਖਦਾ ਹਟਦਾ ਨਹੀਂ ਪੰਗੇ ਲੈਣ ਅਤੇ ਚਲੋ ਉਹਨੂੰ ਇਹਨੇ ਮੈਨੂੰ ਗੱਲਾਂ ਕਰਨ ਲੱਗਾ ਕਹਿੰਦਾ ਬਾਈ ਜੀ ਵਧੀਆ ਇੱਕ ਦੋ ਗੀਤ ਜਿੱਦਾਂ ਸੁਣਾਏ ਕਹਿੰਦਾ ਮੈਨੂੰ ਇੱਕ ਚਾਦਰੇ ਦੇ ਗੀਤ ਲਿਖ ਕੇ ਦਿਓ ਮੈਂ ਚੱਲ ਯਾਰ ਕੋਈ ਨਹੀਂ ਉਦੋਂ ਚਿੱਠੀਆਂ ਚਾਠੀਆਂ ਫੋਨ ਤਾਂ ਹੁੰਦੇ ਹੀ ਨਹੀਂ ਸੀਗੇ ਉਦੋਂ ਮੈਂ ਉਹਨੂੰ ਇੱਕ ਗੀਤ ਉਹਦੀ ਮੈਂ ਇੱਕ ਮੇਰੀ ਸ਼ੋਪ ਸੀ ਇਲੈਕਟ੍ਰੋਨਿਕਸ ਦੀ ਉਹਦੇ ਵਿੱਚ ਮੈਂ ਰਿਕਾਰਡ ਕੀਤੀ ਸੀ ਉਹਦੀ ਕੈਸਟ ਇੱਕ ਚਿੱਟਾ ਚਾਦਰਾ ਅੱਛਾ ਬਲਧੀਰ ਮਾਲੇ ਦੀ
एक मुंडा टीना, शायद तुसीं जानदे होंगे भी, हाँ टीना सीगा, टीना ते होर दो बंदे सी, असीं टेप रिकॉर्ड कीती, उहदे च गीत बहुत वधिया सीगे। ते उदों ओह चिट्टा चादरा जां लड़ां दिल ठकदा, तू भी गभरू शकीन मैं भी शैल मटियार, पा के तोड़ लै तराजू मेरा पंज फुल्ला भार, तू तां जापे जिवें हीरियां चों हीरा दगदा, चिट्टा चादरा वेलड़ां दे दिल ठकदा, इह टाइटल सी। उदों मैं इहदा इन्ना क कर लिया सी, उह रिकॉर्ड रकूड भी कर ली, कार्ड कूड जे जिहे जे बणदे सी उदों प्रिंट करा के कर लिया, चलो चिनंग जिहड़ी सी मैनूं लगी होई सीगी, उदू बाद चल सो चल। फिर वेचण वाले गीत कदों तों लिखणे शुरू कीते, किहड़े विकदे आ? विकदे मेरा कहना साहब, उहनां दिनां च इक मैं सोलो गीत सी, मेरा सोलो गीत उह बहुत हिट होया, तुसीं सुणिया होणा 1978 च रिकॉर्ड होया, सुरेंद्र छिंदा गुलशन कुमार दी आवाज़ च, साढ़े दो गीतकारां दे ने, इक बलवीर गरेवाल, उसी नरम शैल मटियार हाणियां, फुल्लो हौरा भार हाणियां, हाले कल मकलावे आई, मापियां दित्ती कार हाणियां, तू परदेसी रहिंदा वी तेरी फीट ते जेठ नज़ारे लैंदा, बिल्कुल बड़ा मशहूर होया, बहुत मशहूर। वह मेरा सोलो गीत सी, वो एक समकाली गीतकार सी साडे पिंडां दा सी, मन मुंडा बलवीर गरेवाल, वो उत्थे जांदा जांदा सी, मैं उहनूं सुनाया जिवें हुंदा ही चाचू आपां सुनाईए, उन्हें गांह सुनाया, कहिंदा यार गीत बहुत गल बहुत वधिया, उन्हें ड्यूट बनाता उहदा, ड्यूट बना के रिकॉर्ड साढ़े दोनों जणां दे, वो चना है, पर जिहड़ा टाइटल सैन है वो कल्ले वीर गरेवाल दे ही है। उत्थों मैनूं जिहड़ी उह पुछण चिनंग लग गई, वो लोगों नूं पुछ के चोगी लुधियाणे दे कलाकार जी हैगे यार नवां जिहा मुंडा निक्खा जिहा, फिर बस मेरा भाई हाकम बख्तरी नाल, भाई संधी ले नाल, इन्हां नाल वार्ता हो गया, आउण जाण हो गया, फिर 5 साल का मेरा गैप पिया, फिर मैं शुरू हो जी। तो इन्ने लंबे सफ़र के सैकड़े ही गीत लिखे आपां, पर एक जे वैसे गिणती करनी होवे किन्ने एक गीत हुण तक लिखे होणगे? बहुते नहीं, जिन्ने लिखे उन्ने रिकॉर्ड हो गए ने, तो बस जिन्ना टारगेट हैगा मेरा भी 700-800 गीत है, जिहदे चों 500 गीत मेरे नाँ ते रिकॉर्ड है, 300 गीत मैं लिखे लाया। अच्छा, वह किवें दान करते ना? उदा ही मतलब जिवें कोई गीतकार सी, कोई मेरे मित्र बेली प्यारे सीगे जिहड़े इस आस ना आउंदे सी साडा भी गीत, वह गीत उन्हां नूं लिखणे नहीं आउंदे हुंदे बेसिकली, असी ना साडी जिहड़ी जिंदगी असी भुलेखे च बहुत जिउंदे आ जी, पर कई वारी आउंदा यार भुलेखा तो बहुत वधिया पालिया पर है नहीं कुछ, जे कहिंदे आ तां इहनूं मोड़दे आ तोड़दे आ नहीं मनदा, चलो ਕਿਸੇ ਦਾ ਇੱਕ ਕਰਾਤਾ, ਕਿਸੇ ਦੇ ਦੋ ਕਰਾਤੇ, ਕਿਸੇ ਦੇ ਚੱਲ ਯਾਰ ਕੁਛ ਵੀ ਫਰਕ। ਤੁਹਾਡੇ ਦੌਰ ਦੇ ਵਿੱਚ ਇੱਕ ਗੱਲ ਹੋਰ ਵੀ ਬੜੀ ਮਸ਼ਹੂਰ ਸੀਗੀ, ਹਾਂਜੀ, ਵੀ ਤੁਹਾਡੇ ਕੋਲ ਤਾਂ ਵਕਤ ਹੀ ਹੈ ਨਹੀਂ ਲਿਖਣ ਦਾ, ਤੁਸੀਂ ਇੱਧਰ ਹੁਣ ਕਲਾਕਾਰ ਨੂੰ ਰਿਕਾਰਡ ਕਰ ਰਹੇ ਹਾਂ, ਤਰਜ਼ਾਂ ਬਣਵਾ ਰਹੇ ਹੋ, ਸੰਗੀਤ ਤਿਆਰ ਹੋ ਰਿਹਾ, ਫਿਰ ਉਸ ਤੋਂ ਬਾਅਦ ਦੂਰਦਰਸ਼ਨ ਲੈ ਕੇ ਜਾ ਰਹੇ ਹੋ, ਪ੍ਰੋਗਰਾਮਾਂ 'ਤੇ ਵੀ ਨਾਲ ਜਾ ਰਹੇ ਹੋ, ਇੱਕ ਤੁਹਾਡੇ ਇੰਨਰ ਜਿਵੇਂ ਸੀ, ਹਾਂਜੀ, ਪਰ ਗਾਣੇ ਤੁਹਾਡੇ ਉੱਤੋਂ ਦਿੱਤੀ ਆਈ ਜਾਣੇ ਆ, ਅਤੇ ਮੰਨਿਆ ਹੀ ਜਾਂਦਾ ਸੀ ਉਦੋਂ ਜਿਹੜੀ ਧਾਰਨਾ ਬਣ ਗਈ ਸੀ ਵੀ ਕੋਈ ਨਵਾਂ ਗੀਤਕਾਰ ਆਉਂਦਾ ਉਹ ਆਪਣੇ 20 ਗਾਣੇ ਦੇ ਜਾਂਦਾ, ਉਹਦੇ ਚੋਂ 3 ਦੇ ਵਿੱਚ ਉਹਦਾ ਨਾਂ ਪੈ ਜਾਂਦਾ ਅਤੇ 17 ਦੇ ਵਿੱਚ ਆਪਦਾ ਨਾਂ ਪਾ ਲੈਂਦਾ ਮਸ਼ਹੂਰ ਕਲਾਕਾਰ, ਮਸ਼ਹੂਰ ਗੀਤਕਾਰ, ਇੱਦਾਂ ਗੱਲ ਸਹੀ ਸੀ ਇਹ? ਨਹੀਂ, ਇਹ ਸਾਰੀਆਂ ਇਹ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਹੈ ਵੀ ਮੈਂ ਤਾਂ ਹੀ ਗੀਤਾਂ 'ਚ ਨਾਂ ਪਾਇਆ ਕਿ ਉਹ ਬੰਦਿਆਂ ਦਾ ਦਿਲ ਨਾ ਟੁੱਟੇ, ਪਰ ਉਹ ਬੰਦੇ ਨਾ ਤਾਂ ਮੁੜ ਕੇ ਗੀਤਕਾਰ ਬਣ ਸਕੇ, ਨਾ ਉਹਨਾਂ ਦੇ ਗੀਤ ਬਾਅਦ 'ਚ ਰਿਕਾਰਡ ਹੋਏ, ਕਿਉਂਕਿ ਅੰਦਰ ਹੀ ਨਹੀਂ ਸੀ, ਅੰਦਰ ਹੀ ਨਹੀਂ ਸੀ, ਭੁਲੇਖੇ ਸੀ ਉਹਨਾਂ ਨੂੰ। ਅਤੇ ਜਿਹੜੀ ਸਾਡੀ ਉਦੋਂ ਪ੍ਰੋਗਰਾਮਾਂ ਨਾਲ ਜਾਣ ਦਾ ਨਹੀਂ ਹੁੰਦਾ ਸੀ, ਦੂਰਦਰਸ਼ਨ ਦਾ ਬਹੁਤ ਸੀ, ਸ਼ੂਟ ਦਾ ਬਹੁਤ ਸੀ, ਮਤਲਬ ਜਿਵੇਂ ਮੈਂ ਕਹਾਂ ਵੀ 500 ਗੀਤ ਸ਼ੂਟ ਕੀਤਾ ਹੋਣਾ, ਸ਼ੂਟਿੰਗਾਂ 'ਤੇ ਦੂਰਦਰਸ਼ਨ 'ਤੇ ਵੀ ਤੁਹਾਨੂੰ ਪਤਾ ਕਿੰਨੀ ਭਕਾਈ ਹੁੰਦੀ ਸੀ, ਉਹ ਤੁਸੀਂ ਜਾਓ ਉੱਥੇ ਜਾਓ, ਲਿਸ਼ਕਾਰੇ 'ਚ ਆਊਟਡੋਰ ਵੀ ਪ੍ਰੋਗਰਾਮ ਬਹੁਤ ਹੁੰਦੇ ਸੀ ਜੀ। ਅਤੇ ਜਿਹੜਾ ਟਾਣਾ ਸਾਹਿਬ ਗੀਤਾਂ ਦਾ ਸੀਗਾ ਮਾਹੌਲ, ਮੇਰੇ ਕੋਲ ਮੇਰਾ ਗਰੁੱਪ ਮੇਰੇ ਨਾਲ ਹੀ ਸੀ, ਜਿਵੇਂ ਆਪਾਂ ਹੁਣ ਤਿੰਨੇ ਬੈਠੇ ਹਾਂ, ਅਰਮਨ ਭੈਣ ਜੀ ਬੈਠੇ, ਤੁਸੀਂ ਬੈਠੋ, ਆਪਾਂ ਬੈਠੇ, ਮੇਰੇ ਕੋਲ ਧਰਮਪ੍ਰੀਤ ਵੀ ਮੇਰੇ ਨਾਲ ਰਹਿੰਦਾ ਸੀ, ਹਰਦੇਵ ਲੋਕਲ ਰਹਿੰਦਾ ਸੀ, ਜਸਵਿੰਦਰ ਲੋਕਲ ਰਹਿੰਦੀ ਸੀ, ਮੇਰਾ ਪਹਿਲਾ ਗਰੁੱਪ ਸੀ, ਆਕਾਸ਼ ਦੀ ਬਾਅਦ 'ਚ ਆ ਗਿਆ, ਉਹ ਵੀ ਉੱਥੇ ਰਹਿਣ ਲੱਗਾ, ਪਿੰਕੀ ਨੇ ਮੇਰੇ ਕੋਲ ਲੋਕਲ ਸੀ, ਸਾਡੀ ਬਾਬੇ ਦੀ ਕਿਰਪਾ ਨਾਲ ਸਵੇਰੇ 9 ਵਜੇ ਸਾਡਾ ਰਿਧਮ ਵਾਲਾ ਅਤੇ ਹਾਰਮੋਨੀਅਮ ਵਾਲਾ ਬੰਦਾ ਆ ਜਾਣਾ ਹੁੰਦਾ ਸੀ, ਕਿਹਦੀ ਟੇਪ ਕਦੋਂ ਦੇਣੀ ਆ ਤਿਆਰੀ ਸੀ, ਸਾਰਾ ਸ਼ੁਰੂ ਹੋ ਜਾਂਦਾ ਕੰਮ ਵੀ ਆ, ਉਹਦੀ ਟੇਪ ਦੇਣੀ ਆ, ਅੱਜ ਹਰਦੇਵ ਦਾ ਪ੍ਰੋਜੈਕਟ ਕਰਨਾ, ਸਟਾਰਟ ਟੂ ਫਿਨਿਸ਼। ਪਹਿਲੀ ਟੇਪਾਂ ਵੇਲੇ ਅਸੀਂ ਥੋੜ੍ਹੀਆਂ ਜਿਵੇਂ ਮਤਲਬ ਮੈਨੂੰ ਨਹੀਂ ਪਤਾ ਵੀ ਥੋਟ ਕਿੱਦਾਂ ਦਾ ਵੋਕੜਾ, ਇਹਨੂੰ ਕੀ ਕਰਨਾ ਕੀ ਨਹੀਂ ਕਰਨਾ, ਟਾਈਮ ਲੱਗਦਾ ਸੀ, ਬਾਅਦ 'ਚ ਉਹ ਪ੍ਰੋਗਰਾਮ 'ਤੇ ਹੈ ਅਤੇ ਮੈਂ ਅਤੇ ਮੁੰਡੇ ਦੂਜੇ ਅਸੀਂ ਕੰਮ ਕਰੀ ਜਾਂਦੇ, ਮੈਂ ਗੀਤ ਲਿਖੀ ਜਾਂਦਾ, ਉਦੋਂ ਕੁਛ ਹੋਰ ਔੜਦਾ ਹੀ ਨਹੀਂ ਸੀ, ਜੇ ਕੋਈ ਗੱਲ ਨਿਕਲੀ ਆ ਤਾਂ ਗੀਤ, ਜੇ ਤੁਸੀਂ ਗੱਲ ਛੇੜਤੀ ਉਹਦੇ 'ਚ ਵੀ ਗੀਤ ਹੈ, ਅਭਿਆਸ ਹੀ ਇੰਨਾ। ਪਰ ਆਮ ਤੌਰ 'ਤੇ ਗੀਤਕਾਰ ਕਹਿੰਦੇ ਹੁੰਦੇ ਆ ਇੱਕ ਖਾਸ ਜਿਹਾ ਮਾਹੌਲ, ਕੋਈ ਕਹਿੰਦਾ ਮੈਂ ਸ਼ਾਂਤੀ 'ਚ ਲਿਖਦਾ, ਕੋਈ ਕਹਿੰਦਾ ਮੈਂ ਸ਼ਾਮ ਨੂੰ ਲਿਖਦਾ, ਕੋਈ ਕਹਿੰਦਾ ਮੈਂ, ਉਹ ਕਹਿੰਦਾ ਯਾਰ ਤਾਂ ਮਨਾਲੀ 'ਚ ਲਿਖਦੇ ਹੁੰਦੇ ਆ, ਮਨਾਲੀ ਵਾਲੀ ਵੀ ਗੱਲ ਹੈਗੀ, ਮਤਲਬ ਉਹ ਨਹੀਂ ਹੈ, ਇਹ ਨਹੀਂ ਮੇਰੀ ਜ਼ਿੰਦਗੀ 'ਚ ਇਹ ਨਹੀਂ ਰੁਝਾਨ ਹੋਇਆ ਵੀ ਮੈਂ ਇਕੱਲੇ ਨੇ ਬਹਿ ਕੇ ਲਿਖਣਾ, ਮੈਂ ਹਮੇਸ਼ਾ ਹੀ ਮਹਿਫਿਲ 'ਚ, ਮੇਰੇ ਮਜੀਸ਼ੀਅਨ ਵੀ ਬੈਠੇ ਹੁੰਦੇ, ਮੇਰਾ ਸਿੰਗਰ ਵੀ ਬੈਠਾ ਹੁੰਦਾ, ਯਾਰ ਹਾਂ ਵੀ ਕਿੱਥੇ ਚੱਲੀਏ, ਕਿਹੜਾ ਗੀਤ ਹੋ ਗਿਆ, ਆਹ ਹੋ ਗਿਆ, ਕਿੰਨੇ ਟੌਪਿਕ ਹੋ ਗਏ ਆਪਣੇ ਹੋ ਗਏ, ਹੁਣ ਇਹ ਤਾਂ ਕਰੀ ਚੱਲ ਠੀਕ ਹੈ, ਜਦੋਂ ਮੈਂ ਉੱਠ ਕੇ ਜਾਣਾ ਸਾਡੇ ਬੀਨਾ ਸਾਗਰ ਨੇ ਛੇੜ ਦੇਣਾ,
आ गया गीत आ गया हूँ बई मुड़किया वो उतों आदि गीत आ जाना वो सची आ जाता वो बस उन्होंने प्रिपेयर ही करना तुसी मैं टैणा साहब गीत मेरा मैं मेरे मेरे पात्र मेरे सामने खड़ते ने मतलब मैं ये नहीं भी मैं तुक बंधु नहीं कदे भी किया तो मेरे हिसाब से मैं सारी जिंदगी 800 गीत चो कोई 5 गीत भी कापी च आपके हाथ ना नहीं लिखे होने जदों भिंदर डब्बाली लिखता जिन्ने टुकड़े होने दिल दे नहीं हर टुकड़े ते तेरा नाम होना उदों फिर किहड़ा पात्र मूहरे सी वो असल मेरा वह गीत सी एक धर्मप्रीत का वह हंस भाजी वास्ते सिलेक्ट हो गया सी गीत मुहब्बत तो बाद कमाण होना नहीं तू मंदिर मस्जिद जा भावें पीर फकीर त्या भावें हा फकर दी नहीं मुड़नी 100 वारी गंगा ना भावें नहीं सहदा दर्द विछोड़े का गऊ मारी जिन्ना पाप लगू नहीं काश कदा दिल तोड़े वो अंतरा सी जे छड़ के तुर गई बेदर दे तेरी याद च मैं फना होना है जिन्ने टुकड़े होने दिल दे नहीं हर टुकड़े ते तेरा ना असी वो थोड़ी मनाली वाली गल तो गल आ गई मैं प्रोजेक्ट करने मैंने पिंकी कहता बै जी थोनू इतने कोई काम नहीं कर दिता मैं धर्म नू हरदेव नू धर्मप्रीत हरदेव माही नंगल आकाशदीप बीना सागर तो एक ढोलकाला हरमोनियम तो बीना सागर से सानू असी लैके बई हाकम बख्तरी वाले का कालका जड़ जी एक फ्लैट सगा उत्थे कम सी वधिया उहदा घर कोल उत्थे असी बह गए हरदेव मैनू कहता कहता बई मैनू आ गीत लिख दो जिन्ने टुकड़े होने मेरे दिल दे ये मेरा गीत लिख माही हरदेव ठीक है असी उदों असी गूंजदा खड़ा कर रहे सी टेप आकाशदीप की टेप भी शुरू की हुई सी तो उदों मैं असी बस हरदेव उस उन्हें चक्के मैंने बई ए इस इंप्रूव करके मैं असी एदा कर लिया वो टुटे जिन्ने टुकड़े होने दिल दे गीत फिर उस स्टाइल ना की बनगी चाहिए है वह जोड़ा माहौल उमें सिरजदा सी मैनू टहणा साहब मतलब गॉड गिफ्ट है मैं बनया हुआ शायर नहीं है ना मैं शायरी का बेसिकली तो स्कूल है ही नहीं बनते ही है बंदे तो मैनू तो वह जिमें कहते आमदाली गल होगी या मेरा पात्र ज जो मैथों धक्के लिखा जाता मैं हमेशा ही वह गीत लिखे मैं कदे गीत लिख के पाड़िया नहीं कदे लिख के छड़िया नहीं पर जिन्ने टुकड़े होने दिल दे नहीं गाना बाद नसीबो लाल ने भी गाया हाँ नसीबो लाल ये पहला उन्होंने गाया से तुसी बाद दे विच गवाया जां तुहाडे वाला साडा गीत उदों की होया सी अज तो 30-40 साल पहला पाकिस्तान वाले गीत अपने बंदे कट कट करते उदों नसीबो लाल ने एक टेप रिकॉर्ड की जिदे सारे हिट गीत सी विछण विछण कर दी है जो विछड़ेंगी पता लगा बब्बू मान का गीत अपने बुग्गे दे गीत होर हिट गीत उहदे च साडा गीत भी सी उदों ये भी सारे की चर्चा यह सी भी सारे ने पाकिस्तानी गीत चोरी किए हैं तो वह मैनू अपने जीतपाल जीती का फोन आया कहिंदा बाई जी तू बचा गया मैं किवें कहिंदा बहुत वड्डी बदनामी होनी सी कहिंदा तेरा ना ना उहदा गीत च नसीबो वाले जी तो सारे पट्टे गए सी उहदे च ही कल्ला भिंदर बोलिया तो दोष भिंदर नू देवेंगी देवेगा मतलब उन्होंने फीमेल तो मेल कर लिया कला वो बस उन्ना ही करके करे वो फिर मेरे बहुत गीत टहणा साहब उन्होंने किए ने जिमें माही चाहता किसी होर भी उन्होंने किया एक मेरा गीत माही चाहता नसीबो लाल ने किया पर शायर उन्होंने बाकी सारा गीत मेरा एक मगला अंतरा जहाँ माड़ा मोटा एक दो लाइना बदल के काफिए सारे मेरे ने एक एक नुसरत सरदूल है बंदा उन्हें मेरे बहुत गाए ने उन्हें मेरा एक गीत धर्मप्रीत का बहुत वधिया गाया माही चाहता भी उन्हें गाया वो गीत है ना तू मैनू याद करी ना तू याद आई वे हो सके सज्जना तू मैनू भुल जाई वे वह भी उन्हें गाया पर उन्होंने आपके शहर के जिदे एक कंतरा लिख के बना पाए भाई जी एक गल बड़ी बेबाकी नाल ते सच्ची दस्यो जो थोड़ी तूती बोलती सी तो थोड़े बराबर बचन बेदल दी ही तूती बोलती सी बिल्कुल फिर शमशेर संधु होरां दा नाम भी बराबर सी बिल्कुल चलो वो सीनियर ने बाबू सिंह मान देव तरीकेवाला साहब तो होर कई हाँ जी पर उदों मन्निया जांदा सी भी बचन बेदल तो भिंदर डब्बवाली की बनती नहीं गी ये फस फस के कम करते एक दूजे के बंदे पटते एक दूजे को ठिब्बी लाने को फिरते हर खेत्र च ही हुंदा पत्रकार पत्रकार नूं भी लाउंदा गायक गायक नूं भी लाउंदा व्यापारी व्यापारी नूं भी लाउंदा ठीक है लाउंदे हुंदे सी उदां नहीं जी यह जी कदे कोई गल नहीं सी पहला तो असी कट्ठे नहीं हुंदे सी जे कि स्टूडियो कित कट्ठे होए वो पौड़ियाँ चढ़ते हैं असी उतरते हैं या किसी ब्याह शादी फंक्शन कट्ठे हो जाए कदे साडा कोई बेदल बाई ना मेरा कोई जिक्र नहीं होया साडी अड़फस नहीं हुई कदे साडा इहो जिहा कुछ नहीं होया ये लोगों दी खुंड चर्चा आपदियां ही सी टेपां जरूर आउंदियां सी असी ये गल्लां जरूर सुणदे सीगे भी लोग कहिंदे यार भी किहदे प्रोजैक्ट आए मार्केट डीलर नूं पुछे फलाने दा आ रहा बचन बेदल आ रहा यार अपना रोक लो भिंदर डब्बाली दा आ रहा यार अपना रोक लो ये गल्लां सुणदे सी ਇਹ ਵੀ ਗੱਲਾਂ ਸੁਣਦੇ ਸੀ ਵੀ ਲੋਕ ਕਹਿੰਦੇ ਯਾਰ ਬੇਦਲ ਦੀ ਟੇਪ ਆਈ ਹੈ ਭਿੰਦਰ ਡੱਬਾਲੀ ਦੀ ਟੇਪ ਆਈ ਹੈ ਕਲਾਕਾਰ ਨੂੰ ਲੋਕ ਬਾਅਦ 'ਚ ਜਾਣਦੇ ਸੀ ਬਾਬੇ ਦੀ ਕਿਰਪਾ ਨਾਲ ਸਾਡਾ ਨਾਮ ਪਹਿਲਾਂ ਗੀਤਕਾਰ ਪਹਿਲਾਂ ਉਦੋਂ ਬੇਸਿਕਲੀ ਜਿਹੜੀ ਸਾਡੀ ਗਾਇਕੀ ਹੈ ਟਾਣਾ ਸਾਹਿਬ ਉਹ ਬੋਲ ਪ੍ਰਧਾਨ ਹੈ ਅਤੇ ਬੋਲ ਦਾ ਮਾਲਕ ਕੌਣ ਹੈ
गीतकार एक कैसेट है, एक आर्टिस्ट है, मतलब धर्मप्रीत है, सतेंद्र बुग है, सरदूल भाजी किसी वोदिया दस टेप आ गई, पर टेप के नवा की है, गीत नवे होंगे, वो तो कुछ नवा होंगे ही नहीं, बोल नवे है, वोदिया कंपोजिशन नवे आई हैं, जिस जी कंपोजिशन है कि जेड़े राग आ गए उस राग राग का म्यूजिक आ गया, ठीक है, वो जिन्ना वड्डा सिंगर हुंदा सी उन्ना उन्ने पेट आपां कर सस्ता सी, बठिंडे रिकॉर्डिंग कर ली, चंडीगढ़ कर ली, लुधियाने कर ली, नहीं बॉम्बे कर ली, ठीक है ना जी, पर मैं तो यह मानता सी भी हमेशा कैसेट दे विच सी डी दे विच गीत ही नवा हुंदा है, ना कि सिंगर जां म्यूजिक। बिल्कुल। तो कदे बैठ के दोवां जणिआं ने बचन बेदल ने ते भिंदर डब वाली ने ਗੱਲਾਂ ਬਾਤਾਂ ਕੀਤੀਆਂ ਵੀ ਯਾਰ ਲੋਕ ਆਪਣੇ ਬਾਰੇ ਇਉਂ ਜੇ ਕਹੀ ਜਾਂਦੇ ਆ, ਕਦੀ ਹਾਸਾ ਮਖੌਲ ਹੋਇਆ ਹੋਵੇ ਕਿ ਇੰਨਾ ਕਦੇ ਸਮਾਂ ਨਹੀਂ ਮਿਲਿਆ ਜਾਂ ਸੁਰ ਮਿਲਦੀ ਸੀ ਕਿ ਨਹੀਂ ਸੁਰ ਮਿਲ, ਹਾਂ ਸਮਾਂ ਬਹੁਤ ਘੱਟ ਮਿਲਿਆ ਸਾਨੂੰ ਇਕੱਠੇ ਹੋਣ ਦਾ ਜਾਂ ਇਕੱਠੇ ਮਿਲਣ ਦਾ, ਕਿ ਉਹ ਆਪਦੇ ਕੰਮਾਂ 'ਚ ਬਹੁਤ ਬਿਜ਼ੀ ਸੀ, ਉਹਦੇ ਕੋਲ ਆਪਦੇ 4-5 ਆਰਟਿਸਟ ਸੀਗੇ, ਮੇਰੇ ਕੋਲ ਸਾਡੇ ਸੀ, ਮੁਕਾਬਲਾ ਤਾਂ ਪੂਰਾ ਸੀ ਲੋਕਾਂ, ਲੋਕ ਕਰਦੇ, ਸਾਡਾ ਕੋਈ ਮੁਕਾਬਲਾ ਨਹੀਂ ਸੀ, ਸਾਡਾ ਇੰਨਾ ਜ਼ਰੂਰ ਸੀਗਾ ਵੀ ਮਣੀ ਰਿਕਾਰਡ ਹੋਇਆ, ਮਣੀ ਨੂੰ ਮੈਂ ਵੀ ਰਿਕਾਰਡ ਕੀਤਾ, ਬੇਦਲ ਸਾਹਿਬ ਨੇ ਹਿੱਟ ਹੋ ਗਿਆ ਪਹਿਲਾਂ, ਮੈਂ ਬਾਅਦ 'ਚ ਕਾਲਜਾਂ ਦੇ ਮੁੰਡੇ ਟੇਪ ਕੀਤੀ, ਸਾਡਾ ਦੋਵਾਂ ਦਾ ਹੋ ਗਿਆ, ਫਿਰ ਮੈਂ ਬੇਦਲ ਸਾਹਿਬ ਦੀਆਂ ਕਾਫੀ ਟੇਪਾਂ ਹੋਈਆਂ, ਅਤੇ ਮੇਰੀ ਮੁੜ ਕੇ ਹੋਈ ਕਰ ਲਾ ਸੱਜਣਾ ਜ਼ਿੰਦਗੀ ਦੇ ਵਿੱਚ ਪਿਆਰ ਜ਼ਰੂਰੀ ਹੈ, ਅਤੇ ਉਹਦੇ ਬਹੁਤ ਵਧੀਆ ਗੀਤ ਹਿੱਟ ਸੀ, ਬੜੀ ਦੇਰ ਬਾਅਦ ਤੇਰਾ ਖਤ ਮਿਲਿਆ, ਤੂੰ ਪੁੱਛਿਆ ਸਾਡਾ ਹਾਲ ਕੁੜੇ, ਹਮਦਰਦੀ ਹੈ ਜਾਂ ਹੈ ਅੜੀਏ ਜਾਂ ਪਹਿਲਾਂ ਵਾਲੀ ਜਾਲ ਕੁੜੇ, ਕਦੇ ਅੱਖੀਂ ਆ ਕੇ ਵੇਖ ਲਵੀਂ ਜਦ ਵਤਨੀ ਫੇਰੇ ਪਾਉਣੇ ਨਹੀਂ, ਸਾਡਾ ਫਿਕਰ ਕਰੀ ਨਾ ਹਾਣ ਦੀਏ ਸਾਨੂੰ ਆ ਕੇ ਦਰਦ ਹੰਡਾਉਣ, ਉਹ ਬੇਦ ਆਪਣੀ ਮਣੀ ਦਾ ਬਹੁਤ ਵਧੀਆ ਮੇਰਾ ਗੀਤ ਹਿੱਟ ਹੋਇਆ, ਅਤੇ ਮੁੜ ਕੇ ਰਾਜ ਬਰਾੜ ਨੇ ਵੀ ਉਸ ਗੀਤ ਨੂੰ ਰਿਕਾਰਡ ਕੀਤਾ ਜੀ। ਤੇ ਟਾਣਾ ਸਾਹਿਬ ਆਪਾਂ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰੱਖਣੀ ਹੈ, ਸਮੇਂ ਦਾ ਪਤਾ ਨਹੀਂ ਲੱਗ ਰਿਹਾ ਜੀ, ਇਉਂ ਲੱਗਦਾ ਵੀ ਉਸ ਦੌਰ ਦੇ ਵਿੱਚੋਂ ਗੁਜ਼ਰ ਰਹੇ ਹਾਂ ਤੁਹਾਡੇ ਨਾਲ ਰਹਿ ਰਹੇ ਹਾਂ। ਬਿਲਕੁਲ ਸਹੀ, ਵਕਫਾ ਲੈ ਲਈਏ। ਜੱਜ ਦਾ ਵਿਚਾਰ ਪ੍ਰਾਈਮ ਏਸ਼ੀਆ ਟੀਵੀ ਤੇ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਚੱਜ ਦਾ ਵਿਚਾਰ ਪ੍ਰੋਗਰਾਮ, ਤੁਸੀਂ ਵੇਖ ਰਹੇ ਹੋ ਮੈਂ ਹਰਮਨ ਥਿੰਦ, ਮੇਰੇ ਨਾਲ ਸਵਰਨ ਸਿੰਘ ਟਹਿਣਾ, ਤੇ ਸਾਡੇ ਦੋਵਾਂ ਦੇ ਨਾਲ ਮੌਜੂਦ ਨੇ ਭਿੰਦਰ ਡੱਬ ਵਾਲੀ ਜੀ। ਸੋ ਹੁਣ ਗੱਲਾਂ ਬਾਤਾਂ ਅੱਗੇ ਵਧਾਉਂਦੇ ਹਾਂ। ਬਹੁਤ ਸਾਰੇ ਗਾਇਕ ਤੁਸੀਂ ਪੈਦਾ ਕੀਤੇ ਨੇ, ਬਹੁਤ ਸਾਰੇ ਗਾਇਕਾਂ ਨੂੰ ਪੈਰਾਂ ਸਿਰ ਤੁਸੀਂ ਕੀਤਾ, ਇਹਨਾਂ ਦੇ ਵਿੱਚੋਂ ਇੱਕ ਨਾਂ ਜਸਵਿੰਦਰ ਬਰਾੜ ਦਾ ਵੀ ਹੈ, ਉਹਨਾਂ ਦੇ ਨਾਲ ਤੁਹਾਡਾ ਮੇਲ ਕਿਵੇਂ ਹੋਇਆ ਸੀ? ਜਸਵਿੰਦਰ ਬਰਾੜ ਮੈਂ ਪਹਿਲਾਂ ਨਹੀਂ ਸੀ ਜਾਣਦਾ, ਅਸੀਂ ਇੱਕ ਟੇਪ ਰਿਕਾਰਡ ਕੀਤੀ ਸੀ ਬੀਨਾ ਸਾਗਰ ਮਲਾਪ ਚੰਕ, ਬੀਨਾ ਸਾਗਰ ਅੱਜ ਕੱਲ੍ਹ ਅਮੈਰੀਕਾ ਰਹਿ ਰਿਹਾ, ਮਲਾਪ ਚੰਕ ਵਿਚਾਰਾ ਸੀ ਦੁਨੀਆ 'ਚ ਨਹੀਂ ਰਿਹਾ, ਕਮੇਡੀ ਸੀ, ਕਮੇਡੀ ਦੇ ਵਿੱਚ ਸਾਡਾ ਕੋਈ 5-7 ਮਿੰਟ ਦਾ ਇੱਕ ਰੋਲ ਸੀ ਇੱਕ ਲੇਡੀਜ਼ ਦਾ ਜੀ, ਵੋਕਲ ਸੀ, ਯੋਗ ਸੀਗੇ, ਉਹ ਸਾਨੂੰ ਵੀ ਉਹਦੇ 'ਚ ਤਰਕ ਵਾਲੀ ਥੋੜ੍ਹੀ ਜਿਹੀ ਲੇਡੀ ਚਾਹੀਦੀ ਸੀ, ਉਹ ਮੈਂ ਵੀ ਯਾਰ ਕੁੜੀ ਕਿਹੜੀ ਰਿਕਾਰਡ ਕਰੀਏ, ਉਹ ਬੀਨਾ ਸਾਗਰ ਜਾਣਦਾ ਸੀ ਜਸਵਿੰਦਰ ਹੋਰਾਂ ਨੂੰ, ਬਸ ਉਹਨਾਂ ਨੇ ਜਸਵਿੰਦਰ ਦੀ ਭਾਲ ਕੀਤੀ, ਜਸਵਿੰਦਰ ਨੂੰ ਅਸੀਂ ਮਿਲੇ, ਰਿਕਾਰਡ ਕੀਤੀ ਮਿਲਣੀ, ਜਿੰਨੀ ਵੱਧਦੀ ਵੱਧਦੀ ਫਿਰ 1.5-2 ਸਾਲ ਬਾਅਦ ਮੈਂ ਜਸਵਿੰਦਰ ਨੂੰ ਰਿਕਾਰਡ ਕੀਤਾ ਜੀ। ਤੇ ਬਸ ਇਸੇ ਤਰ੍ਹਾਂ ਇਹ ਸਿਲਸਿਲਾ ਜਿਹੜਾ ਅੱਗੇ ਵਧਿਆ। ਕਿੰਨੀਆਂ ਕੈਸਟਾਂ ਕੀਤੀਆਂ ਉਹਨਾਂ ਦੀਆਂ? ਮੇਰੇ ਕੋਲ 7-8 ਕਰ ਗਈਆਂ ਹੋਣੀਆਂ। ਦੱਸ ਜਿਹੜੇ ਸਿਖਰਲੇ ਸਰਮੌਰ ਗਾਣੇ ਉਹਨਾਂ ਦੇ, ਉਹ ਸਾਰੇ ਤੁਹਾਡੀ ਰਚਨਾ? ਦੇਖੋ ਉਹ ਮੈਂ ਤਾਂ ਨਹੀਂ ਕਹਿੰਦਾ ਵੀ ਸਰਮੌਰ ਹੈ ਵਧੀਆ, ਪਰ ਜੋ ਵੀ ਗੀਤ ਜਿੱਦਾਂ ਸੀ, ਮੈਂ ਉਹਨਾਂ ਦੀ ਪਹਿਲੀ ਟੇਪ ਕੀਤੀ ਸੀ ਮੈਂ ਤੇਰੀ ਜਾਨ ਘੇਰੂੰਗੀ, ਮੇਰੀ ਕੋਸ਼ਿਸ਼ ਇਹ ਸੀ, ਮੁੰਡੇ ਸੀ ਰਿਕਾਰਡ ਕਰ ਰਹੇ ਸੀ, ਮੇਰੀ ਇੱਕ ਭਾਲ ਸੀ ਯਾਰ ਇੱਕ ਮੁੰਡਿਆਂ ਵਰਗੀ ਕੁੜੀ ਬਣਾਈਏ, ਅਸੀਂ ਮੁੰਡਿਆਂ ਵਰਗੀ ਕੁੜੀ ਜਸਵਿੰਦਰ ਨੂੰ, ਮੈਂ ਉਹਦਾ ਜਸਵਿੰਦਰ ਸਾਡੇ ਸੰਪਰਕ 'ਚ ਆ ਗਈ, ਅਸੀਂ ਮੈਂ ਉਹਦਾ ਪ੍ਰੋਜੈਕਟ ਸ਼ੁਰੂ ਕਰਤਾ, 4-5 ਗੀਤ ਜਸਵਿੰਦਰ ਕੋਲ ਪਹਿਲਾਂ ਸੀਗੇ ਜਿਹੜੀ ਕੋਈ ਪਹਿਲਾਂ ਗਾਉਂਦੀ ਸੀ, ਅਤੇ ਉਹਦੇ 'ਚ ਮੈਂ ਗੀਤ ਇੱਕ ਲਿਖਿਆ ਵੀ ਜੇ ਤੂੰ ਜੱਟਾਂ ਦਾ ਮੁੰਡਾ ਵੇ ਮੈਂ ਵੀ ਅਣਖੀਲੀ ਜੱਟੀ ਵੇ, ਇੱਦਾਂ ਕਰਕੇ ਮੇਰੀ ਇੰਨੀ ਗੱਲ ਤੂੰ ਯਾਦ ਰੱਖੀ, ਤੇਰੀ ਜਾਂਦੀ ਹੋਈ ਜਾਨ ਘੇਰੂੰਗੀ, ਮੈਨੂੰ ਬਹੁਤਾ ਯਾਦ ਨਹੀਂ, ਬਹੁਤ ਚਿਰ ਹੋ ਗਿਆ ਵੀ ਉਹ ਮੁਟਿਆਰ ਗੱਭਰੂ ਉਹਦੇ ਨਾਲ ਧੋਖਾ ਕਰਕੇ ਕਿਤੇ ਹੋਰ ਵਿਆਹ ਕਰਾਉਂਦਾ ਤਾਂ ਕੁੜੀ ਅਣਖੀ ਹੈ, ਹਾਲਾਂਕਿ ਉਹ ਥੋਟ ਮੱਥ ਕੇ ਬਣਾ ਕੇ ਲਿਖਿਆ ਗਿਆ ਸੀ, ਪਰ ਉਹ ਟਾਣਾ ਸਾਹਿਬ ਉਹਦਾ ਤੁਸੀਂ ਗੀਤ ਸੁਣੋਗੇ, ਉਹ ਸਿੰਬਲੀਆਂ ਉਹ ਤਸਵੀਆਂ ਬਹੁਤ ਵਧੀਆ ਨੇ ਉਸ ਗੀਤ, ਬਹੁਤ ਵਧੀਆ ਤਸਵੀਆਂ, ਅਤੇ ਉਹਦੇ 'ਚ ਇੱਕ ਗੀਤ ਹੋਰ ਬਹੁਤ ਵਧੀਆ ਸੀ 5 ਚੀਜ਼ਾਂ ਪੂਰੀਆਂ ਮੇਰਾ ਗੀਤ, ਉਹ ਮਤਲਬ ਮੁਟਿਆਰ ਆਪਦੇ ਸੱਜਣ ਨੂੰ ਉਹਦੀਆਂ ਨਿਸ਼ਾਨੀਆਂ ਮੋੜਦੀ ਹੈ। ਅੱਛਾ। ਅਤੇ ਜੇ ਤੁਸੀਂ ਉਹ ਗੀਤ ਸੁਣੋਗੇ ਤਾਂ ਕਿਆ ਉਹਦੇ ਬੋਲ ਹੋ ਜਾਣ ਥੋੜ੍ਹੇ ਜਿਹੇ, ਜਦ ਕਿ ਮੈਂ ਕਹਿੰਦੀ ਆਹ ਫੜ ਗਜਰ ਆਹ ਫੜ ਗਾਨੀ ਤੇਰੀ ਮਿੱਤਰਾ ਪਿਆਰ ਨਿਸ਼ਾਨੀ, ਦਿਲ ਸਾਡੇ ਵੀ ਸਧਰਾਂ ਨੇ ਅਧੂਰੀਆਂ ਆਹ ਚੱਕ ਲਾ ਯਾਰਾ ਵੇ 5 ਚੀਜ਼ਾਂ ਪੂਰੀਆਂ, ਪਰ ਉਹ ਗੀਤ ਦਾ ਥੋਟ ਇਹ ਸੀ ਵੀ ਜਿਹੜਾ ਉਹਨੂੰ ਮੁਹੱਬਤ ਕਰਦਾ ਸੀ ਉਹ ਬੰਦਾ ਬਹੁਤ ਰਹੀਸ ਸੀ ਆਪਦੀ ਉਹ ਕਰਦਾ ਸੀ, ਪਰ ਕੁੜੀ ਬਹੁਤ ਚੰਗੀ ਸੀਗੀ, ਇਮਾਨਦਾਰ ਸੀ, ਉਹ ਕਹਿੰਦੀ ਵੀ ਤੇਰਾ ਮਤਲਬ ਮੇਰਾ ਕੋਈ ਤੇਰੇ ਨਾਲ ਮੇਲ ਹੀ ਨਹੀਂ ਹੈ, ਮੈਂ ਲਾਲਚ 'ਚ ਨਹੀਂ ਹੁੰਦੀ, ਮਤਲਬ ਉਸ ਤਰੀਕੇ ਦੇ ਅਸੀਂ ਗੀਤ ਪਾ ਕੇ ਉਹਨੂੰ ਅਸੀਂ ਰਿਕਾਰਡ ਕੀਤਾ, ਉਹ ਟੇਪ ਸਾਡੀ ਠੀਕ ਰਹੀ, ਉਸ ਤੋਂ ਬਾਅਦ ਫਿਰ ਮੈਂ ਉਹਦੀ ਟੇਪ ਰਿਕਾਰਡ ਕੀਤੀ, ਮੈਂ ਤਾਂ ਤੈਨੂੰ ਯਾਦ ਕਰਦੀ, ਉਹਦੇ 'ਚ ਫਿਰ ਮੈਨੂੰ ਜਸਵਿੰਦਰ ਲਈ ਮੇਰੀ ਇਹ ਥੋੜ੍ਹੀ ਜਿਹੀ ਪ੍ਰੋਬਲਮ ਚੱਲ ਰਹੀ ਸੀ, ਵੋਕਲ ਤੌਰ 'ਤੇ ਜਸਵਿੰਦਰ ਜਿਵੇਂ ਠੀਕ ਸੀ
ਅਤੇ ਵੀ ਮੈਂ ਇਹਨੂੰ ਕਰਾਂ ਕਿਵੇਂ, ਉਹ ਟੇਪ ਕਰਕੇ ਦੇਖ ਲਈ ਸੀ ਵੀ ਮੁਸ਼ਕਲ ਹੈ। ਪਰ ਜਸਵਿੰਦਰ ਨੂੰ ਮੈਂ ਸੁਣਿਆ, ਜਸਵਿੰਦਰ ਮਾਨਕ ਸਾਹਿਬ ਨੂੰ ਗਾਉਂਦੀ ਸੀ ਗੀਤ, ਸੋਚੇ ਯਾਰ ਬਿਨਾਂ ਮੇਰਾ ਜੀ ਨਹੀਂ ਲੱਗਦਾ। ਫਿਰ ਮੈਂ ਯਾਰ ਇਹਦੀ ਨਬਜ਼ ਫੜੀ ਗਈ, ਫਿਰ ਮੈਂ ਉਹਦੇ ਵਾਸਤੇ ਗੀਤ ਲਿਖੇ ਦੋ ਲੋਕ ਤੱਤ, ਪਹਿਲਾਂ ਮੈਂ ਟਰਾਈ ਕੀਤੀ। ਇੱਕ ਸੀ ਭੈਣਾਂ ਦੇ ਵੀਰ ਸਹਾਰੇ ਨਾਰਾਂ ਨੂੰ ਕੰਤ ਪਿਆਰੇ, ਵਸੀਏ ਸਰੀਕੇ ਕੋਈ ਇੱਜ਼ਤ ਤਕਾਉਂਦਾ ਨਹੀਂ, ਮਾਵਾਂ ਦੇ ਪੁੱਤਾਂ ਵਾਜੋਂ ਕੋਈ ਮਨ ਪਾਉਂਦਾ ਨਹੀਂ। ਇੱਕ ਸੀਗਾ ਬਹੁਤ ਵਧੀਆ, ਮਤਲਬ ਉਹਦਾ ਥੋਟ ਵੀ ਬਹੁਤ ਵਧੀਆ ਸੀਗਾ, ਅਤੇ ਮਨ ਥੋਟ ਨਹੀਂ ਥੋੜ੍ਹਾ ਮੈਂ ਸਾਂਝਾ ਨਹੀਂ ਕਰ ਸਕਦਾ। ਕਹਿੰਦਾ ਇੱਕ ਵਾਰੀ ਹੱਸ ਕੇ ਵਿਖਾ ਦੇ ਕੰਜਰੀ ਤਾਂ ਲੋਕ ਨੋਟ ਵਾਰਦੇ, ਇੱਕ ਵਾਰੀ ਹੱਸ ਕੇ ਵਿਖਾ ਦੇ ਕੰਜਰੀ ਤਾਂ ਲੋਕ ਨੋਟ ਵਾਰਦੇ, ਭੁੱਖੀ ਹੋਵੇ ਫਿਰਦੀ ਇੱਜ਼ਤ ਵਾਲੀ ਤੀਵੀਂ ਭੋਰਾ ਨਹੀਂ ਵਿਚਾਰਦੇ, ਇੱਕ ਹੱਥ ਨਾਲ ਭਾਵੇਂ ਵੇਖ ਲਓ ਵਜਾ ਕੇ ਵੱਜਦੀ ਨਾ ਤਾੜੀ ਹੈ, ਆਪਣੀ ਤੇ ਰੱਖਣਾ ਸਬਰ ਚਾਹੀਦਾ ਕੁੱਤੇ ਝਾਕ ਮਾੜੀ। ਉਹਦੇ ਉਹ ਦੋ ਗੀਤ ਮੈਂ ਲੋਕ ਤੱਥ ਪਾਏ, ਉਹਦੇ ਨਾਲ ਸਾਨੂੰ ਪ੍ਰਵਾਨਗੀ ਮਿਲ ਗਈ। ਇੱਕ ਮੈਂ ਤਾਂ ਤੈਨੂੰ ਯਾਦ ਕਰਦੀ ਇਹੋ ਜਿਹੇ ਗੀਤ, ਉਦੋਂ 8 ਗੀਤ ਹੁੰਦੇ ਸੀ ਕੈਸਟ 'ਚ ਬਣਾਉਂਦੇ ਸਾਡੀ ਜਸਵਿੰਦਰ ਉਸ ਨਾਲ, ਇਨ ਕੇਸ ਸਾਡੇ ਵਿੱਚ ਇਹਦੇ 'ਚ ਕਰਦੇ ਕਰਦੇ ਉਦੋਂ ਅੰਮ੍ਰਿਤਾ ਵਿਰਕ ਵਿੱਚ ਦੀ ਆ ਗਈ, ਮੁਕਾਬਲਾ ਉਹ ਹਿੱਟ ਹੋ ਗਈ। ਉਹ ਕੁੜੀ ਦੀ ਟੋਨ ਵੀ, ਵੋਕਲ ਵੀ ਬਹੁਤ ਵਧੀਆ ਸੀ, ਟੋਨ ਵੀ ਬਹੁਤ ਵਧੀਆ ਸੀ, ਪਰਫੋਰਮਰ ਜਸਵਿੰਦਰ ਵੀ ਬਹੁਤ ਵਧੀਆ, ਠੀਕ ਹੈ। ਅਤੇ ਮੈਨੂੰ ਥੋੜ੍ਹਾ ਜਿਹਾ ਫਿਰ ਮੈਨੂੰ ਟਾਈਮ ਲੱਗਿਆ, ਫਿਰ ਮੈਂ ਉਹਦਾ ਪ੍ਰੋਜੈਕਟ ਕੀਤਾ ਆਜਾ ਮੁੜ ਕੇ ਤੂੰ ਘਰੇ ਪਰਦੇ ਸੀ ਆ ਵੀ ਚੱਲਾ ਦਰਵਾਜ਼ਾ, ਬਹੁਤ ਮਕਬੂਲ ਹੋਇਆ, ਕਿਉਂਕਿ ਜਸਵਿੰਦਰ ਐਕਟਰ ਵੀ ਬਹੁਤ ਵਧੀਆ, ਉਹ ਆਪਣੇ ਸਾਹਮਣੇ ਨਹੀਂ ਹੈ, ਉਹਦੀ ਪਿੱਠ ਸੁਣਦੀ ਹੈ, ਉਹ ਪਰਫੋਰਮਰ ਬਹੁਤ ਵਧੀਆ, ਐਕਟਰ ਬਹੁਤ ਵਧੀਆ, ਜੇ ਕੋਈ 3-5 ਕਰੇ ਗੱਲ ਪਾਉਣ ਪੈਣ ਲੱਗੀ ਵੀ ਮਿੰਟ ਲਾਉਂਦੀ ਹੈ, ਇਹ ਵੀ ਉਹਦੀ ਗੱਲ। ਅਤੇ ਫਿਰ ਅਸੀਂ ਲਗਾਤਾਰ ਸਾਡੇ ਪ੍ਰੋਜੈਕਟ, ਫਿਰ ਜਿਵੇਂ ਇੱਕ ਮੇਰਾ ਪ੍ਰੋਜੈਕਟ ਹੋਇਆ ਪਿਆ ਸੀ ਉੱਧਰੋਂ, ਜਦੋਂ ਕਾਰਗਿਲ ਦੀ ਜੰਗ ਲੱਗੀ ਹੈ ਅਤੇ ਉਦੋਂ ਗੱਲ ਹੋ ਗਈ ਯਾਰ, ਅਸੀਂ ਸਾਡੀ ਕੋਠੀ ਸੀ ਮਹੇਸ਼ਵਰੀ ਚੌਂਕ 'ਚ, ਅਸੀਂ ਬੈਠੇ ਉੱਥੇ, ਡੀਲਰ ਆਏ ਯਾਰ ਗੋਇਲ ਸਾਹਿਬ, ਕਹਿੰਦੇ ਪੈਸੇ ਪੂਸੇ ਦੇ ਦੇ ਯਾਰ, ਉਹ ਤਾਂ ਪੈਸੇ ਕਿੱਥੋਂ ਦੇ ਦਈਏ, ਬਾਰਡਰ ਦੇ ਰਹੀ ਹੈ, ਮਾਲ ਵੇਚਦੇ ਹਾਂ ਅਸੀਂ, ਮੈਂ ਜੰਗ ਲੱਗੀ ਹੈ, ਪੈਸੇ ਤਾਂ ਆਉਂਦੇ ਨਹੀਂ ਕਿਤੋਂ। ਉਹ ਗੱਲ ਤੋਂ ਗੱਲ ਯਾਦ ਆ ਗਈ ਯਾਰ, ਇਸ ਗੱਲ 'ਤੇ ਗੀਤ ਹੋ ਜੇ, ਮੇਰੇ ਨਾਲ ਸ਼ਾਇਦ ਦਿਲ ਖੁਸ਼ ਸੀ ਉਹਦਾ ਕੰਮ ਕਰਨ, ਮੈਂ ਦਿਲ ਖੁਸ਼, ਕਹਿੰਦਾ ਭਾਜੀ ਹੋ ਜੇ, ਪਰ ਅਸੀਂ ਉਹਨੇ ਫਿਰ ਮੋਹਣੇ ਨੂੰ ਚੱਕ ਲਿਆ ਤੇ ਸੀ ਉਹ ਫਿਰ ਗੀਤ, ਜਾ ਛੇਤੀ ਫੌਜੀ ਆਵੇ ਜੰਗ ਜਿੱਤ ਕੇ, ਬੜਾ ਮਕਬੂਲ ਹੋਇਆ ਵੀ ਬਹੁਤ। ਕਿਆ ਬਾਤ ਹੈ। ਪਰ ਜਦੋਂ ਗੀਤ ਲਿਖਦੇ ਹੋ ਤੇ ਮਤਲਬ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਨੇ ਅੱਗੇ, ਪਰ ਕੁੜੀਆਂ ਦੀ ਜੇਕਰ ਮੈਂ ਗੱਲ ਕਰਾਂ, ਜਿਵੇਂ ਤੁਸੀਂ ਅੰਮ੍ਰਿਤਾ ਵਿਰਕ ਦਾ ਜ਼ਿਕਰ ਕੀਤਾ, ਜਸਵਿੰਦਰ ਬਰਾੜ ਹੋਰਾਂ ਦਾ ਕੀਤਾ, ਉਸ ਵੇਲੇ ਵੀ ਕੁੜੀਆਂ ਮਰਦਾਂ ਦੇ ਮੁਕਾਬਲੇ ਘੱਟ ਸੀ ਇਸ ਗਾਇਕੀ ਸਨਅਤ ਦੇ ਵਿੱਚ, ਇਹੋ ਜਿਹੀਆਂ ਸਮੱਸਿਆਵਾਂ ਵੀ ਸਾਹਮਣੇ ਫਿਰ ਆਉਂਦੀਆਂ ਰਹੀਆਂ ਹੋਣਗੀਆਂ ਵੀ ਕੁੜੀਆਂ ਘੱਟ ਨੇ ਤੇ ਘੱਟ ਹੋਣ ਦਾ ਕਰਕੇ ਮਤਲਬ ਫਿਰ ਵੀ ਇੱਕ ਨਵੀਂ ਆਵਾਜ਼ ਹਮੇਸ਼ਾ ਗੀਤਕਾਰ ਚਾਹੁੰਦਾ ਹੈ, ਉਹ ਲੱਭਣ 'ਚ ਦਿੱਕਤ ਆਉਂਦੀ ਰਹੀ ਸੀ। ਮੇਰਾ ਥੋੜ੍ਹਾ ਜਿਹਾ ਪਹਿਲਾਂ ਐਕਸਪੀਰੀਅੰਸ ਸੀ, ਕਿਉਂਕਿ ਪਰਮਿੰਦਰ ਸੰਧੂ ਹੋਣਾ ਨੂੰ ਸੋਲੋ ਮੈਂ ਰਿਕਾਰਡ ਕੀਤਾ ਸੀ ਰੰਗਪੁਰ ਰੰਗ ਲਾਉਣ ਵਾਲੀ, ਅਤੇ ਉਦੋਂ ਰੰਗਪੁਰ ਰੰਗ ਲਾਉਣ ਵਾਲੀ ਉਹਦੇ 'ਚ ਬਾਈ ਹਾਕਮ ਦੇ ਗੀਤ ਸੀਗੇ, ਤਿੰਨ ਗੀਤ ਮੇਰੇ ਸੀ, ਮੇਰਾ ਉਦੋਂ ਪਹਿਲਾ ਗੀਤ 1990 ਦੀ ਗੱਲ ਹੈ, ਇਹ ਮੈਨੂੰ ਯਾਦ ਆ, ਉਦੋਂ ਆਰਕਸ਼ਨ ਦਾ ਰੌਲਾ ਸੀਗਾ ਹਰਿਆਣੇ ਪੰਜਾਬ 'ਚ, ਸਾਰੇ ਬੰਦ ਸੀ ਚੰਡੀਗੜ੍ਹ, ਤਾਂ ਅਸੀਂ ਸਟੂਡੀਓ ਉਦੋਂ ਥੱਲੇ ਬੰਦ ਕਰਕੇ ਉੱਥੇ ਰਿਕਾਰਡਿੰਗ ਕਰਦੇ ਹੁੰਦੇ, ਅਤੇ ਉਹ 'ਚ ਬਹੁਤ ਵਧੀਆ ਬਾਈ ਦੇ ਗੀਤ ਸੀ ਰੰਗਪੁਰ ਰੰਗ ਲਾਉਣ ਵਾਲੀ, ਇਹ ਬੋਟੀ ਬੋਟੀ ਝੋਲੀ 'ਚ ਪਵਾ ਕੇ ਯਾਰ ਦੀ, ਸੰਧੂ ਸਾਹਿਬ ਦਾ ਸ਼ਮਸ਼ੇਰ ਸੰਧੂ ਸਾਹਿਬ ਦਾ ਗੀਤ ਸੀਗਾ ਉਹਦੇ 'ਚ, ਇੱਕ ਮੇਰਾ ਗੀਤ ਟਹਿਣਾ ਸਾਹਿਬ ਆਇਆ ਸੀ ਪਹਿਲਾਂ, ਉਹ ਨੱਚਣਾ ਸਿਖਾ ਦੇ ਮੈਨੂੰ ਕੱਤਣਾ ਸਿਖਾ ਦੇ, ਇੱਕ ਮੁਟਿਆਰਾਂ ਦੀ ਭਾਬੀ ਨੂੰ ਗੱਲਾਂ, ਭਾਬੀ ਭਰਜਾਈ ਨਾਲ ਗੱਲਾਂ ਕਰਦੀ, ਭਾਬੀ ਮੈਨੂੰ ਨੱਚਣਾ ਸਿਖਾ ਦੇ ਕੱਤਣਾ ਸਿਖਾ ਦੇ, ਵੀ ਜ਼ਿੰਦਗੀ 'ਚ ਉਹਨੂੰ ਅਸੀਂ ਕਿਸੇ ਪਹਿਲੂ 'ਚ ਵੀ ਲੈ ਸਕਦੇ ਹਾਂ, ਬੇਸਿਕਲੀ ਤਾਂ ਉਹ ਤੋਂ ਰਹਿ ਮੰਗਦੀ ਹੈ, ਕਹਿੰਦੀ ਨੱਚਣਾ ਸਿਖਾ ਦੇ ਨਾਲੇ ਕੱਤਣਾ ਸਿਖਾ ਦੇ, ਹੱਸਣਾ ਸਿਖਾ ਦੇ, ਕਹਿੰਦੀ ਕੋਈ ਹਾਣ ਦਾ ਸ਼ੌਕੀਨ ਮੁੰਡਾ ਵੇਖ ਭਾਬੀ ਇਹ ਨਹੀਂ ਮੈਨੂੰ ਹੱਸਣਾ ਸਿਖਾ ਦੇ, ਇੱਦਾਂ ਦਾ ਉਹਦਾ ਗੀਤ। ਪਰ ਉਹ ਗੀਤ ਮੇਰਾ ਜਦੋਂ ਦੂਰਦਰਸ਼ਨ 'ਤੇ, ਮੇਰਾ ਵੀ ਪਹਿਲਾ ਗੀਤ ਸੀਗਾ ਜਦੋਂ ਆਇਆ ਪਰਮਿੰਦਰ ਦਾ, ਅਤੇ ਜਦੋਂ ਟਹਿਣਾ ਸਾਹਿਬ ਗੀਤ ਆਇਆ ਫਿਰ ਪਰਮਿੰਦਰ ਰਾਤੋ ਰਾਤ ਸਟਾਰ, ਵਾਹ ਸੋਲੋ ਪਰਮਿੰਦਰ ਸਥਾਪਿਤ ਹੋਈ ਬਹੁਤ ਵੱਡੀ, ਕਿਉਂ ਮੇਰਾ ਫਿਰ ਮੈਂ ਪਰਮਿੰਦਰ ਦੀਆਂ 4 ਟੇਪਾਂ ਕੀਤੀਆਂ ਉਦੋਂ, ਰੰਗਪੁਰ ਰੰਗ ਲਾਉਣ ਵਾਲੀ ਇਹ ਕੁੜੀਆਂ ਕਾਲਜ ਪੜ੍ਹਦੀਆਂ ਨੇ, ਕੀ ਨਾਂ ਸੋਹਣੀ ਹੈ ਤੇਰਾ, ਅਤੇ ਸ਼ੇਰਾਂ ਵਾਲੀ ਨੇ ਬੁਲਾਇਆ, ਅਤੇ ਮੈਨੂੰ ਕੁੜੀਆਂ ਉਸ ਸੋਲੋ ਦਾ ਮੇਰਾ ਤਜਰਬਾ ਉਸ 'ਚ ਹੋ ਚੁੱਕਿਆ ਸੀ ਜੀ, ਉਦੋਂ ਬਾਅਦ ਫਿਰ ਮੈਨੂੰ ਪਰਮਿੰਦਰ ਹੋਣਾ ਨਹੀਂ ਛੱਡ ਕੇ, ਫਿਰ ਮੈਂ ਜਦੋਂ ਜਸਵਿੰਦਰ ਨੂੰ ਕੀਤਾ ਟਾਰਗੇਟ ਮੇਰੇ ਕੋਲ ਸੀਗਾ ਵੀ ਮੈਂ ਕਿਵੇਂ ਕਰਨਾ, ਕਿਉਂਕਿ ਜਦੋਂ ਤੁਸੀਂ ਕੋਈ ਥੋਟ ਲੈਂਦੇ ਹੋ ਤੁਹਾਨੂੰ ਸੋਚਣਾ ਤਾਂ ਪੈਂਦਾ ਹੀ ਵੀ ਕੁੜੀ ਦੇ ਮੂੰਹੋਂ ਕੀ ਕਹਾਉਣਾ, ਕਿ ਉਦੋਂ ਇਹ ਗੱਲ ਹੋਇਆ ਕਰਦੀ ਸੀ ਵੀ ਫੀਮੇਲ ਗੀਤ ਜੇ ਮੁੰਡੇ ਗਾਉਣ ਜ਼ਿਆਦਾ ਹਿੱਟ ਹੁੰਦੇ ਆ, ਅਤੇ ਹੁੰਦੇ ਵੀ ਸੀਗੇ, ਅਤੇ ਅਸੀਂ ਆਖਿਆ ਵੀ ਯਾਰ ਆਪਾਂ ਇੱਥੋਂ ਤਜਰਬਾ ਕਰੋ, ਤਜਰਬਾ ਇਹ ਸੀ ਵੀ ਫੈਕਟਰੀ ਆਪਦੀ ਘਰੇ ਸੀਗੀ, ਸਵੇਰੇ ਰੋਜ਼ ਹੀ ਬਹਿ ਜਾਣਾ 9 ਵਜੇ ਖੋਲ੍ਹ ਕੇ, ਅਤੇ ਅਸੀਂ ਕੰਮ ਕਰੀ ਜਾਣਾ ਸ਼ਾਮ ਦੇ 5 ਵਜੇ ਤੱਕ, ਜਿਹਦਾ ਜੀ ਕਰਿਆ ਚਾਹ ਬਣਾ ਲਿਆ, ਜਿਹਦੀ ਜੀ ਕਰਿਆ ਰੋਟੀ ਬਣਾ ਲਿਆ, ਸਾਰੇ ਇਕੱਠੇ ਹੁੰਦੇ ਸੀ, ਧਰਮਾਂ ਵੀ ਉੱਥੇ ਸੀ, ਧਰਮਪ੍ਰੀਤ ਵੀ, ਹਰਦੇਵ ਵੀ ਆ ਜਾਣਾ, ਜਸਵਿੰਦਰ ਵੀ ਆ ਜਾਣੀ, ਅਤੇ ਚੱਲੋ ਸੋ ਚੱਲ ਅਸੀਂ ਵੀ ਕਿਹੜੇ ਗੀਤ ਹੋ ਗਏ, ਕਿੰਨੇ ਹੋ ਗਏ, ਕਿਹੜਾ ਥੋਟ ਰਹਿ ਗਿਆ ਯਾਰ, ਕਿਹੜੇ 'ਤੇ ਕਰੀਏ, ਕੋਈ ਆਹ ਬਾਈ ਇਹ ਲਿਖੀਏ, ਚੱਲ ਇਹ ਲਿਖ ਲੈਂਦੇ ਹਾਂ, ਉਹ ਲਿਖੀਏ, ਉਹ ਲਿਖ ਲੈਂਦੇ। ਮੁਕਾਬਲਾ ਫਿਰ ਕਿੰਨੇ ਕੁ ਵਰੇ ਤੁਹਾਨੂੰ ਕਦੇ ਐਂ ਨਹੀਂ ਮਹਿਸੂਸ ਹੋਇਆ ਨਿਰਪੱਖ ਤੌਰ ਦੇ ਉੱਤੇ
ਬਈ ਜਸਵਿੰਦਰ ਤੇ ਅੰਮ੍ਰਿਤਾ ਵਿਰਕ ਦੇ ਵਿੱਚ ਮੁਕਾਬਲੇ ਦੇ ਵਿੱਚ ਕੌਣ ਅੱਗੇ ਜਾ ਰਿਹਾ? ਦੇਖੋ ਜੀ, ਅੰਮ੍ਰਿਤਾ ਵਿਰਕ ਬਹੁਤ ਚਿਰ ਅੱਗੇ ਰਹੀ ਹੈ, ਪਰ ਫਿਰ ਅਸੀਂ ਜਸਵਿੰਦਰ ਨੂੰ ਲੈ ਗਏ ਸੀਗੇ। ਜਸਵਿੰਦਰ ਦੀ ਜਿਹੜੀ ਪਰਫਾਰਮੈਂਸ ਸੀਗੀ ਅੱਛੀ ਸੀਗੀ, ਬਹੁਤ ਵਧੀਆ। ਫਿਰ ਜਸਵਿੰਦਰ ਨੇ, ਮੇਰੇ ਖਿਆਲ ਜਸਵਿੰਦਰ ਹੁਣ ਤੱਕ ਚੱਲ ਰਹੀ ਵਧੀਆ, ਉਹ ਗੀਤ ਬਹੁਤ ਵਧੀਆ ਰਹੇ। ਫੌਜੀ ਵਾਲਾ ਗੀਤ ਬਹੁਤ ਵਧੀਆ, ਝੱਲਾ ਦਲਵਾਜ਼ਾ ਮਾਰਦਾ ਬਹੁਤ ਵਧੀਆ। ਫਿਰ ਸਾਡਾ ਸਿਖਰ ਅਖਾੜੇ ਨਾਲ ਲੱਗਿਆ, ਜਿਹੜਾ ਸਭ ਤੋਂ ਸ਼ੋਰਟ ਟਾਈਮ 'ਚ ਲਿਖਿਆ ਗਿਆ, ਸ਼ੋਰਟ ਟਾਈਮ 'ਚ ਰਿਕਾਰਡ ਹੋਇਆ, ਵਨ ਡੇ ਰਿਕਾਰਡਿੰਗ ਤੁਸੀਂ ਦੇਖੋ। ਅਤੇ ਉੱਥੇ ਸੰਗੀਤ ਜਾ ਕੇ ਇਹਦੀ ਟਾਣਾ ਸਾਹਿਬ ਇੱਕ ਹੋਰ ਖਾਸੀਅਤ ਸੀ ਵੀ ਜਿਹੜੇ ਜਸਵਿੰਦਰ ਕੋਲ ਪ੍ਰੋਗਰਾਮ ਬਹੁਤ ਸੀ, ਕੰਮ ਸੀਗਾ, ਅਤੇ ਗਲਾ ਨਹੀਂ ਸੀ ਸਾਥ ਦੇ ਰਿਹਾ। ਜਿਹੜੇ ਸੀ ਨਿਊਮੈਨ ਮੈਕ ਲਾਉਂਦਾ ਸਚਿਨ, ਅਤੇ ਉਹ 'ਚੋਂ ਫਰਕੌਂਸੀ ਇੰਨੀ ਸੀ ਵੀ ਗਲਾ ਖਰਾਸ਼ ਆਉਂਦੀ ਸੀ, ਅਤੇ ਜਿਹੜੇ ਮੈਕ ਨਾਲ ਡੰਮੀ ਨਹੀਂ ਕਰਦੇ ਹੁੰਦੇ, 2000 ਦਾ 1500 ਦਾ ਮੈਕ, ਉਸ ਮੈਕ 'ਤੇ ਡੱਬ ਕੀਤਾ ਸੀ ਜਸਵਿੰਦਰ ਨੂੰ। ਅੱਛਾ। ਅਤੇ ਟੋਨ ਆਈ, ਕਿਆ ਬਾਤ ਆ! ਅਤੇ ਫਿਰ ਉਸ ਖਾੜੇ ਨੇ ਹਨੇਰੀਆਂ ਲਿਆਤੀਆਂ। ਵਾਹ ਵਾਹ! ਜੇ ਮੁੜ ਕੇ ਨਹੀਂ ਆਉਣਾ ਮੇਰੀ ਜ਼ਿੰਦਗੀ 'ਚ, ਤੂੰ ਤੇਰੀ ਯਾਦ ਨੂੰ ਹਟਾ ਲਾ, ਉਹ ਵੀ ਆਇਆ ਨਾ ਕਰੇ। ਇਸ਼ਕ ਮੁਹੱਬਤ ਯਾਰੀ ਰੱਬ ਦੇ ਨਾਂ ਵਰਗੇ, ਲੰਮਿਆਂ ਰੂਟਾਂ 'ਤੇ ਲੈ ਜਾ ਨਾਲ ਵੇ ਡਰਾਈਵਰਾਂ, ਇਹੋ ਜਿਹੇ ਗੀਤ ਸੀਗੇ। ਅਤੇ ਜਸਵਿੰਦਰ ਬਰਾੜ ਦਾ ਮੇਰੇ ਖਿਆਲ ਖੜਾ, ਉਹ ਕਿਹੜਾ ਬੰਦਾ ਜੀ ਨੇ ਤੇਰੀ ਘਰੇ ਕਨੇਡਾ ਡੂੰਘਾ ਵਾਲਾ ਹਲਵੇ, ਬਹੁਤ ਮਕਬੂਲ ਹੋਇਆ, ਬਹੁਤ ਮਕਬੂਲ ਹੋਇਆ ਗੀਤ। ਅਤੇ ਮੇਰੇ ਖਿਆਲ 'ਚ ਵੀ ਉਹ ਝੂਠ ਮਾਰਨ ਵਾਂਗੂ ਗੀਤ ਲਿਖੇ ਗਏ ਅਤੇ ਕੰਮ ਹੋ ਗਿਆ। ਜਿੰਨੀ ਚਿਰ ਬੰਦਾ ਝੂਠ ਮਾਰਦਾ, ਇੰਨੀ ਚਿਰ 'ਚ ਕੰਮ ਹੋ ਗਿਆ। ਜਦੋਂ ਕਿਸੇ ਕਲਾਕਾਰ ਦੇ ਨਾਲ ਬਹੁਤ ਲੰਮਾ ਸਮਾਂ ਵਿਚਰੇ ਹੋ, ਜਾਂ ਕੋਈ ਦੋ ਭਰਾ ਵੀ ਕਿਤੇ ਕੰਮ ਬਹੁਤ ਲੰਮਾ ਸਮਾਂ ਕਰਦੇ ਰਹੇ ਹੋਣ ਵਪਾਰਕ ਤੌਰ 'ਤੇ, ਹਾਂਜੀ, ਵਿਗਾੜ ਪੈ ਜਾਂਦਾ, ਤੁਹਾਡਾ ਵੀ ਕਈਆਂ ਨਾਲ ਪਿਆ? ਨਹੀਂ, ਮੇਰਾ ਕਿਸੇ ਨਾਲ ਨਹੀਂ ਪਿਆ। ਨਹੀਂ, ਪਰ ਜਿਵੇਂ ਕੁਝ ਕੁ ਕਲਾਕਾਰਾਂ ਦੇ ਨਾਲ ਮਨ ਮਿਟਾਵ ਹੋਏ? ਨਹੀਂ, ਮੇਰੇ ਸਾਡਾ ਕੰਮ ਨੂੰ ਲੈ ਕੇ ਮੇਰੀ ਕਮਿਟਮੈਂਟ ਨੂੰ, ਜਿਹੜੀ ਮੇਰੀ ਕਮਿਟਮੈਂਟ ਜਸਵਿੰਦਰ ਨਾਲ ਸੀ, ਉਹਦੇ 'ਚ ਕੋਈ ਸਾਡਾ ਰੌਲਾ ਨਹੀਂ ਪਿਆ। ਜਿਹੜੀ ਮੇਰੀ ਹਰਦੇਵ ਨਾਲ ਸੀ, ਮੇਰਾ ਉਹਦੇ ਨਾਲ ਕੋਈ ਰੌਲਾ ਨਹੀਂ ਪਿਆ। ਜਿਹੜੀ ਮੇਰੀ ਧਰਮੇ ਨਾਲ ਸੀ, ਕੋਈ ਮੇਰਾ ਕਮਿਟਮੈਂਟ 'ਚ ਮੇਰੇ ਕਿਸੇ ਸਿੰਗਰ ਨਾਲ ਮੇਰਾ ਕੋਈ ਮਨ ਮੁਟਾਵ ਨਹੀਂ ਹੋਇਆ। ਜਦੋਂ ਉਹ ਆਪਦੀ ਕਮਿਟਮੈਂਟ ਪੂਰੀ ਕਰਕੇ ਚਲੇ ਗਏ, ਆਫਟਰਆਲ ਤੋਂ ਉਹਨਾਂ ਨੇ ਜਾਣਾ ਹੀ ਹੈ। ਬਿਲਕੁਲ। ਅਤੇ ਮੈਂ, ਮੇਰੀ ਇੱਕ ਇਹ ਹੁੰਦਾ ਸੀ, ਮੈਂ ਅੱਗੇ ਹੱਸਦਾ ਹੁੰਦਾ ਵੀ ਜਿਹੜੇ ਮੇਰੇ ਮਗਰਲੀ ਲੈਣ ਵਾਲੇ ਬੈਠੇ ਸੀ, ਉਹ ਕਹਿੰਦੇ ਕਦੋਂ ਜਾਣ ਸਾਡੀ ਵਾਰੀ ਆਵੇ। ਆਉਂਦੀ ਵੀ ਰਹੀ ਹੈ। ਅਤੇ ਜੇ ਹਰਦੇਵ ਗਿਆ ਤਾਂ ਵੀਰ ਦਵਿੰਦਰ ਹਰਦੇਵ ਕੋਲ ਹੀ ਕੰਮ ਕਰਦਾ ਸੀ, ਉਹਦੀਆਂ 5-7 ਟੇਪਾਂ ਪਹਿਲਾਂ ਆਈਆਂ ਵੀ ਸੀ। ਜਸ਼ਨਦੀਪ ਰਣਜੀਤ ਮਲੀ ਕੋਲ ਸੀਗਾ, 5 ਸਾਲ ਲਾਈ ਸੀ ਉਹਨੇ ਮੇਰੇ ਕੋਲ ਵੀ, ਮੇਰੇ ਕੋਲ 9 ਸਾਲ ਰਿਹਾ ਜਸ਼ਨਦੀਪ। ਵੀਰ ਦਵਿੰਦਰ ਨੇ ਮੇਰੇ ਨਾਲ 7 ਸਾਲ ਕੰਮ ਕੀਤਾ, ਧਰਮਪ੍ਰੀਤ ਮੇਰੇ ਕੋਲ 5.5 ਸਾਲ ਰਿਹਾ। ਇਹ ਮਤਲਬ ਮੈਨੂੰ ਲੜਕੇ ਨਹੀਂ ਸੀ ਕੋਈ ਆ, ਉਹ ਜੇ ਬਾਹਰ ਵੀ ਕੰਮ ਕਰਦੇ ਸੀ, ਮੈਂ ਜਿਹੜੇ ਸਿੰਗਰਾਂ ਨੂੰ ਫ੍ਰੀ ਰਿਕਾਰਡ ਕੀਤਾ, ਜਾਣੀ ਕਿ ਐਗਰੀਮੈਂਟ ਕਰਕੇ ਕੰਮ ਕੀਤਾ, ਉਹਨਾਂ ਨੂੰ ਮੈਂ 1,00,000 ਰੁਪਈਆ ਦਵਾਇਆ ਵੀ ਹੈ, ਕੰਪਨੀਆਂ ਤੋਂ ਹੀ ਦਵਾਇਆ। ਪ੍ਰੋਗਰਾਮਾਂ ਦੇ ਸਾਰੇ ਪੈਸੇ ਉਹਨਾਂ ਨੂੰ ਦਿੰਦੇ ਸੀ, ਉਦੋਂ ਰਿਵਾਜ਼ ਨਹੀਂ ਸੀ ਹੁੰਦਾ, ਪ੍ਰੋਗਰਾਮ ਹੀ ਦਵਾਏ, ਉਹਨਾਂ ਨੂੰ ਪੈਸੇ ਵੀ ਦਿਵਾਉਣੇ, ਪੈਸੇ ਉਹਨਾਂ ਨੇ ਲਏ ਵੀ। ਅਤੇ ਜੇ ਉਹਨਾਂ ਦਾ ਜੀ ਕਰਦਾ, ਬਾਈ ਤੁਸੀਂ ਬਾਹਰ ਕੰਮ ਕਰ ਲਓ, ਜੇ ਮੈਨੂੰ ਕੋਈ ਬਾਹਰ ਵਾਲਾ ਮੈਨੂੰ ਪੇ ਕਰਦਾ ਤਾਂ ਮੈਂ ਕਰਦਾ, ਜੇ ਕੋਈ ਪੇ ਨਹੀਂ ਕਰਦਾ ਫਿਰ ਮੈਂ ਕਿਵੇਂ ਕਰਾਂ? ਉਹ ਸੀ ਸਾਡਾ, ਹੋਰ ਕੋਈ ਮਨ ਮੁਟਾਵ ਨਹੀਂ। ਮਨ ਮੁਟਾਵ ਵਾਲੀਆਂ ਗੱਲਾਂ ਸਿਰਫ ਅਫਵਾਹਾਂ ਹੈ, ਅਫਵਾਹਾਂ ਹੈ, ਸਾਰੀਆਂ ਅਫਵਾਹਾਂ। ਮੇਰੀ ਕਿਸੇ ਨਾਲ ਕੋਈ ਮਨ ਮੁਟਾਵ ਨਹੀਂ, ਕੰਮ ਅਸੀਂ ਬੇਸ਼ੱਕ ਨਹੀਂ ਕਰਦੇ। ਮੈਂ ਟਾਣਾ ਸਾਹਿਬ, ਮੇਰੇ ਕਿਸੇ ਸਿੰਗਰ ਤੋਂ ਕਦੇ ਸਟੇਜ 'ਤੇ ਫਰਮਾਇਸ਼ੀ ਗੀਤ ਨਹੀਂ ਗਵਾਇਆ, ਕਿਸੇ ਮਾਮਾ ਭੂਆ ਚਾਚੇ ਭਤੀਜੇ ਦੇ ਵਿਆਹ 'ਚ ਖਾੜਾ ਨਹੀਂ ਲਵਾਇਆ, ਕਦੇ ਕੋਈ ਕੰਮ ਨਹੀਂ ਕੀਤਾ, ਕਦੇ ਕੰਮ ਨਹੀਂ ਲਿਆ ਮੈਂ ਕਦੇ ਵੀ। ਜਦੋਂ ਤੁਹਾਡਾ ਬਹੁਤ ਨਾਂ ਰਿਹਾ, ਹਾਂਜੀ, ਅਤੇ ਫਿਰ ਧਾਰਨਾ ਤਾਂ ਇਹ ਬਣੀ, ਜਿਵੇਂ ਮੈਂ ਮੁੱਢ ਦੇ ਵਿੱਚ ਗੱਲ ਕਹੀ ਆ ਵੀ 1,00,000 ਰੁਪਈਆ ਆਉਂਦਾ, ਪਰ ਤੁਸੀਂ ਵੀ ਫਿਰ ਉਦੋਂ ਰੁਪਈਏ ਤਾਂ ਖੂਬ ਆ ਰਹੇ ਹੋਣਗੇ, ਤੁਸੀਂ ਗੀਤਕਾਰ ਦੇ ਤੌਰ ਦੇ ਉੱਤੇ ਗਾਇਕ ਤੋਂ ਹੀ ਪੈਸੇ ਲੈ ਲੈਂਦੇ ਸੀ ਜਾਂ ਕੰਪਨੀ ਦੇ ਕੋਲੋਂ? ਨਹੀਂ, ਮੈਂ ਕਿਸੇ ਗਾਇਕ ਤੋਂ ਕਦੇ ਕੋਈ ਪੈਸਾ ਨਹੀਂ ਲਿਆ, ਨਾ ਮੈਂ ਬਹੁਤੇ ਪੈਸਾ ਮਗਰ ਭੱਜਦਾ ਸੀ। ਮੇਰੀ ਜ਼ਿਆਦਾ ਜਿਹੜੀ ਟਾਈ ਅਪ ਰਹੀ ਉਹ ਗੋਇਲ ਸਾਹਿਬ ਨਾਲ ਰਹੀ ਹੈ। ਇੱਕ ਬੜੀ ਮਤਲਬ, ਵੈਸੇ ਕਹਿੰਦਾ ਨਹੀਂ ਹੁੰਦਾ ਕੋਈ ਕੈਮਰੇ ਸਾਹਮਣੇ ਗੱਲ, ਮੈਂ ਤੁਹਾਨੂੰ ਕਹਿੰਦਾ ਵੀ ਮੈਂ ਗੋਇਲ ਸਾਹਿਬ ਨਾਲ 7,000 ਰੁਪਈਏ ਮਹੀਨੇ 'ਤੇ ਵੀ ਕੰਮ ਕੀਤਾ, ਅਗਲੇ ਸਾਲ ਮੈਂ 12,000 ਰੁਪਈਆ ਲਿਆ ਗੋਇਲ ਸਾਹਿਬ ਤੋਂ ਮਹੀਨੇ ਦਾ, ਤੀਜੇ ਸਾਲ ਮੈਂ ਉਹਨਾਂ ਤੋਂ 40,000 ਰੁਪਈਆ ਲਿਆ, ਚੌਥੇ ਸਾਲ ਮੈਂ ਉਹਨਾਂ ਤੋਂ 1,00,000 ਰੁਪਈਆ ਲਿਆ ਮਹੀਨੇ ਦਾ। ਮੈਂ ਪਰ ਪ੍ਰੋਜੈਕਟ 1,00,000 ਰੁਪਈਆ ਮੈਨੂੰ ਪੇਮੈਂਟ ਮਿਲਦੀ ਸੀ। ਕੰਪਨੀਆਂ ਕਹਿੰਦੀਆਂ ਵੀ ਭਿੰਦਰ ਤੂੰ ਸਾਨੂੰ ਪ੍ਰੋਜੈਕਟ 20 ਕਰਕੇ ਦੇ, ਮੈਂ ਕਹਿੰਦਾ ਨਹੀਂ 20 ਨਹੀਂ ਕਰ ਸਕਦਾ, ਮੈਂ 12 ਹੀ ਕਰ ਸਕਦਾ ਜਾਂ 15 ਕਰ ਸਕਦਾ। ਅੱਛਾ, ਸਾਲ 'ਚ? ਸਾਲ 'ਚ। ਮਤਲਬ ਇਹ ਵੀ ਪੈਸੇ ਕਿਸੇ ਕਲਾਕਾਰ ਨੂੰ ਮੈਂ ਨਾ ਮੰਗੇ ਨਾ ਲਏ, ਮੈਂ ਅੱਜ ਤੱਕ ਵੀ ਕਿਸੇ ਤੋਂ ਪੈਸੇ ਨਹੀਂ ਮੰਗੇ। ਮੇਰੀ ਕੋਸ਼ਿਸ਼ ਹੈ ਵੀ ਅਸੀਂ ਪੈਸੇ ਮੰਗਣ ਦਾ ਨਹੀਂ ਮੇਰਾ, ਮੈਨੂੰ ਮੈਂ ਪੈਸੇ ਲੈਣ ਲਾਉਣਾ ਬੰਦੇ ਨੂੰ ਵੀ ਇਹ ਬੰਦਾ ਪੈਸੇ ਲਊਗਾ ਕਿੰਨੇ। ਇਹ ਕੰਫੀਡੈਂਸ ਰਿਹਾ ਮੇਰੇ 'ਚ ਜੀ, ਮੈਨੂੰ ਇਹ ਹੁੰਦਾ ਨਹੀਂ ਸੀ। ਮੈਂ ਕਹਿੰਦਾ, ਮੈਂ ਕਹਿੰਦਾ ਵੀ ਮੈਂ ਟਾਣਾ ਸਾਹਿਬ ਨੂੰ ਰਿਕਾਰਡ ਕਰਨਾ, ਤੁਹਾਨੂੰ ਚਾਹੇ ਕੁਛ ਨਹੀਂ ਆਉਂਦਾ, ਪਰ ਤੁਸੀਂ ਸ਼ਰਧਾ ਨਾਲ ਆ ਜਾਓ ਯਾਰ, ਅਸੀਂ ਕੰਮ ਕਰਨਾ ਅਤੇ ਤੁਸੀਂ ਬਣੋਗੇ। ਬਸ ਮੇਰੀ ਤਾਂ ਇਹ, ਮੇਰਾ ਮੇਰੇ ਰੁਝਾਨ ਹੀ ਇਹ ਹੈ, ਅਤੇ ਮੇਰਾ ਮਨ ਵੀ ਇਹ ਕਹਿੰਦਾ ਵੀ ਜਿਹੜਾ ਸੱਚੇ ਮਨ ਨਾਲ ਆ ਕੇ ਬਹਿ ਗਿਆ ਉਹ ਬਣਨਾ ਹੀ ਆਉਣਾ। ਕੋਸ਼ਿਸ਼ ਕਰਕੇ ਵੇਖੋ, ਕੋਈ ਪਤਾ ਨਹੀਂ ਹੁੰਦਾ। ਇਹ ਵੀ ਜਿੰਨੇ ਆਏ ਜਿੰਨੇ ਬੈਠੇ
ਉਹ ਬਾਬੇ ਦੀ ਕਿਰਪਾ ਸਟਾਰ ਬਣ ਕੇ ਹੀ ਗਏ ਬਿਲਕੁਲ ਇਹ ਗੱਲ ਸੱਚੀ ਹੈ ਪਰ ਜਿਹੜੀ ਅਕਸਰ ਜਿਹੜੀ ਸ਼ੁਰੂਆਤ ਦੇ ਵਿੱਚ ਤੁਸੀਂ ਵੀ ਗੱਲ ਕੀਤੀ ਸੀ ਅਕਸਰ ਗੀਤਕਾਰ ਕਹਿੰਦੇ ਨੇ ਚਾਹੇ ਉਹ ਚੱਲਦਾ ਹੋਵੇ ਚਾਹੇ ਨਾ ਕਿ ਮੈਂ ਤਾਂ ਗਾਣੇ ਦਾ 1,00,000 ਰੁਪਈਆ ਲੈਣਾ ਮੈਂ ਤਾਂ 2,00,000 ਲੈਣਾ ਮੈਂ ਤਾਂ 2.5 ਲੱਖ ਲੈਣਾ ਉਸ ਤੋਂ ਥੱਲੇ ਗਾਣਾ ਹੀ ਨਹੀਂ ਦਿੰਦਾ ਇਹ ਗੱਲਾਂ ਕਿੰਨੀਆਂ ਕੁ ਵਜ਼ਨਦਾਰ ਸੱਚੀਆਂ ਹੋਣਗੀਆਂ ਇਹ ਨਹੀਂ ਹੈਗੀਆਂ ਨੇ ਪੈਸੇ ਲੈਣ ਵਾਲੇ ਬੰਦੇ ਬਹੁਤ ਪੈਸੇ ਲੈ ਰਹੇ ਨੇ ਮਿਲ ਵੀ ਰਹੇ ਨੇ ਪੈਸੇ ਅੱਛਾ ਪਰ ਬਈ ਮੈਂ ਤਾਂ ਨਾ ਮੰਗੇ ਨਾ ਸਾਨੂੰ ਕਿਸੇ ਨੇ ਦਿੱਤੇ ਹੈ ਕਿਸੇ ਨੇ ਇਹ ਨਹੀਂ ਕਿਹਾ ਵੀ ਅਜੇ ਗੀਤਕਾਰ ਦਾ ਬਾਈ ਜੀ ਤੁਹਾਨੂੰ ਪੈਸੇ ਦਿੰਦੇ ਆ ਲੈ ਲਓ ਨਾ ਜੇ ਮੇਰੇ ਕੋਲ ਤਾਂ ਹੁਣ ਵੀ ਆਉਂਦੇ ਹੁਣ ਵੀ ਖਾਲੀ ਹੱਥੀ ਆਉਂਦੇ ਜੇ ਕੋਈ ਆਉਂਦਾ ਪਹਿਲਾਂ ਵੀ ਖਾਲੀ ਹੱਥੀ ਆਉਂਦੇ ਸੀ ਹਾਂ ਕੰਪਨੀਆਂ ਨੇ ਸਾਨੂੰ ਪੇ ਕੀਤਾ ਵੀ ਆਹ ਬੰਦਾ ਸਾਨੂੰ ਰਿਕਾਰਡ ਕਰਦੇ ਬੋਲ ਕਿੰਨੇ ਪੈਸੇ ਲੈਣੇ ਜਾਂ ਜਿਹੜਾ ਮੇਰੇ ਕਮਿਟਮੈਂਟ 'ਚ ਆ ਗਿਆ ਮੇਰੇ ਨਾਲ ਕਮਿਟਮੈਂਟ ਹੈ ਮੈਂ ਉਹਨੂੰ ਰਿਕਾਰਡ ਕੀਤਾ ਉਹ ਬੰਦਾ ਚੱਲਿਆ ਹਾਂ ਮਾਸਟਰ ਅਸੀਂ ਕੰਪਨੀਆਂ ਤੋਂ ਪੈਸੇ ਲਏ ਨੇ ਟੀ ਸੀਰੀਜ਼ ਤੋਂ ਪੈਸੇ ਲਏ ਨੇ ਚਲੋ ਗੋਇਲ ਸਾਹਿਬ ਨਾਲ ਮੇਰੀ ਹੋਰ ਤਰੀਕੇ ਦੀ ਇਹਨਾਂ ਤੋਂ ਵੀ ਪੈਸੇ ਲਏ ਨੇ ਪਿੰਕੀ ਨਾਲ ਮੈਂ ਕੰਮ ਕੀਤਾ ਪਾਇਲ ਮਿਊਜ਼ਿਕ ਕੰਪਨੀ ਨਾਲ ਮੈਂ ਕੰਮ ਕੀਤਾ ਜਦੋਂ ਕਿ ਉਹ ਪੈਸੇ ਲੈਣ ਦੇਣ ਦੀ ਮੁਫਤ 'ਚ ਹੀ ਮੈਂ ਟੇਪਾਂ ਕੀਤੀਆਂ ਉਹਨਾਂ ਦੀਆਂ ਉਦੋਂ ਗੀਤ ਲਿਖਦਾ ਹੁੰਦਾ ਸੀ ਅਤੇ ਉਹ ਸ਼ਾਇਦ ਉਹ ਮੇਰੇ ਖਿਆਲ 'ਚ 50-60 ਗੀਤ ਨੇ 70 ਹੋਣਗੇ ਜਿਹੜੇ ਕਿ ਉਹ ਬੰਦ ਹੀ ਪਏ ਉਹ ਨਾ ਯੂਟਿਊਬ 'ਤੇ ਨਾ ਕਿਤੇ ਹੋਰ ਹੈ ਮੈਨੂੰ ਨੁਕਸਾਨ ਉਸ ਗੱਲ ਦਾ ਕੁਲਦੀਪ ਆਰਸ ਦੀਆਂ ਮੈਂ ਕੈਸਟਾਂ ਕੀਤੀਆਂ ਸੀਗੀਆਂ ਇੱਕ ਤਾਂ ਖੂਨ ਸ਼ਹੀਦਾਂ ਦਾ ਤਲਵਾਰ 'ਚੋਂ ਸਾਡਾ ਜਨਮ ਹੋਇਆ ਸਾਨੂੰ ਗੁੜ੍ਹਤੀ ਖੰਡੇ ਅੰਮ੍ਰਿਤ ਦੀ ਅਸੀਂ ਪੂਰੇ 5 ਕਕਾਰਾਂ ਦੇ ਦਸ਼ਮੇਸ਼ ਦੇ ਸਿੰਘ ਕਹਾਵਾਂਗੇ ਸਿਰ ਦੇ ਕੇ ਸਿੱਖੀ ਪਾਈ ਹੈ ਸਿਰ ਦੇ ਨਾਲ ਨਿਭਾਵਾਂਗੇ ਉਹ ਟੇਪ ਸੀ ਇੱਕ ਉਹਦੀ ਟੇਪ ਕੀਤੀ ਸੀ ਮੈਂ ਡਿਊਟ ਗੁਲਸ਼ਨ ਕੋਮਲ ਜੀ ਨਾਲ ਮੈਂ ਦੱਸਦੀ ਚੜ੍ਹਵੇ ਚੰਨਾ ਦੇਵੇ ਚਾਨਣ ਨਹੀਂ ਹੋਇਆ ਕੋ ਪੰਧੇਰਾ ਚਾਰ ਕੁ ਪੂਣੀਆਂ ਰਹਿ ਗਈਆਂ ਕਤਨੋਂ ਕੰਤ ਮਾਰ ਗਿਆ ਫਿਰ ਆਈ ਗੁਆਂਢਣ ਪੁੱਛਣ ਲੱਗੀ ਉਹ ਕੀ ਲੱਗਦਾ ਤੇਰਾ ਮੈਂ ਦੱਸਦੀ ਕੁੜੀਆਂ ਨੂੰ ਅੜ ਪਰਾਉਣਾ ਮੇਰਾ ਡਿਊਟ ਟੇਪ ਕੀਤੀ ਫਿਰ ਉਹਦੀ ਇੱਕ ਟੇਪ ਕੀਤੀ ਸੀ ਦੁਨੀਆ ਚਾਲ ਬਾਜ਼ਾ ਦਿੱਲੀ ਰਿਕਾਰਡ ਕੀਤੀ ਸੀ ਉਹ 'ਚ ਬਹੁਤ ਵਧੀਆ ਗੀਤ ਸੀ ਮੇਰਾ ਸਾਡਾ ਭੁੱਲ ਕੇ ਖਿਆਲ ਨਹੀਂ ਤੂੰ ਹੱਸੇ ਗੈਰਾਂ ਨਾਲ ਪਹਿਲਾਂ ਕਰਦੀ ਹੁੰਦੀ ਸੀ ਹੱਥੀਂ ਛਾਵਾਂ ਨਹੀਂ ਹੁਣ ਤੈਨੂੰ ਯਾਦ ਨਾ ਰਿਹਾ ਸਾਡਾ 2 ਹਰਫਾਂ ਦਾ ਸਿਰਨਾਮਾ ਮਤਲਬ ਕੁਛ ਗੀਤ ਮੇਰੇ ਮਤਲਬ ਇੱਦਾਂ ਦੇ ਗੁਆਚੇ ਪਏ ਆ ਜਿਹੜੇ ਕੰਪਨੀਆਂ 'ਚ ਨਹੀਂ ਆ ਰਹੇ ਜੀ ਇਹ ਸਾਰੇ ਸਫ਼ਰ ਦੇ ਵਿੱਚ ਹਾਂਜੀ ਕਿਸੇ ਕਲਾਕਾਰ ਦੇ ਪ੍ਰਤੀ ਕੋਈ ਗਿਲਾ ਸ਼ਿਕਵਾ ਵੀ ਹੈਗਾ ਵੀ ਯਾਰ ਜਦੋਂ ਲੋੜ ਪਈ ਉਦੋਂ ਖੜਿਆ ਨਹੀਂ ਮੈਂ ਉਹਨੂੰ ਇੱਦਾਂ ਬਣਾਇਆ ਉਹਨੂੰ ਇੱਥੋਂ ਤੱਕ ਪਹੁੰਚਾਇਆ ਹਰਕ ਤਾਂ ਹੁੰਦਾ ਹੀ ਆ ਨਟਾਣਾ ਸਾਹਿਬ ਗੱਲ ਇਹ ਹੈ ਵੀ ਲੋੜ ਹੀ ਨਹੀਂ ਪਈ ਜੇ ਤੱਕ ਲੋੜ ਪਊ ਬੰਦਾ ਨਾ ਖੜੇ ਫਿਰ ਹੀ ਆਪਾਂ ਗਿਲਾ ਕਰਦੇ ਹਾਂ ਨਾ ਮੈਨੂੰ ਲੋੜ ਨਹੀਂ ਪਈ ਤਕਰੀਬਨ ਜਦੋਂ ਕਿਤੇ ਕਿਸੇ ਵੀ ਕੰਮ 'ਚ ਕੋਈ ਬਾਬੇ ਨੇ ਐਡਾ ਕੋਈ ਵਕਤ ਹੀ ਨਹੀਂ ਪਾਇਆ ਵੀ ਜੇ ਆਪਾਂ ਕਿਸੇ ਨੂੰ ਬੁਲਾਉਣਾ ਪੈ ਜੇ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਫਰੈਂਡ ਸਰਕਲ ਬਹੁਤ ਵਧੀਆ ਦੋਸਤ ਮੇਰੇ ਬਹੁਤ ਵਧੀਆ ਜਿੰਨੇ ਵੀ ਮੇਰੇ ਦੋਸਤ ਨੇ ਬਹੁਤ ਵਧੀਆ ਸਾਰੇ ਮੇਰੇ ਨਾਲ ਸਾਰੇ ਖੜ੍ਹਦੇ ਹੈ ਸਰੋਤੇ ਬਹੁਤ ਖੜ੍ਹਦੇ ਜਿੱਥੇ ਜਾਵਾਂ ਮੈਨੂੰ ਮਤਲਬ ਇੰਨੀ ਮੇਰੀ ਉਹ ਕਮਾਈ ਇੱਕ ਬਹੁਤ ਵੱਡੀ ਮੱਝ ਆਇਆ ਸਾਰਿਆਂ ਦਾ ਜੀ ਕਰਦਾ ਵੀ ਇਹਦੇ ਕੋਲ ਬੈਠੇ ਰਹੀਏ ਜਿੱਥੇ ਵੀ ਮੈਂ ਜਾਂਦਾ ਜਿੱਥੇ ਖੜ੍ਹਦਾ ਮੈਂ ਕਿਤੇ ਮੈਂ ਅੱਗੇ ਹੱਸਦਾ ਨਾ ਮੈਨੂੰ ਨਾ ਕਈ ਵਾਰੀ ਫਿਕਰ ਹੋ ਜਾਂਦਾ ਜੇ ਮੈਂ ਕਿਸੇ ਦੇ ਮਰਗ 'ਤੇ ਭੁਗਤ ਜਾਵਾਂ 20-50 ਫੋਟੋਆਂ ਕਰਵਾਉਣ ਵਾਲੇ ਉੱਥੇ ਹੀ ਮਿਲ ਜਾਂਦੇ ਨੇ ਲੋਕ ਪਿਆਰ ਕਰਦੇ ਨੇ ਇਹੀ ਜਿਹੜੀ ਸਭ ਤੋਂ ਵੱਡੀ ਕਮਾਈ ਹੈ ਰੋਟੀ ਦਾ ਰੱਬ ਦਿੰਦਾ ਹੀ ਹੈ ਕੈਸਟ ਵਾਲੇ ਉਸ ਦੌਰ ਦੇ ਵਿੱਚ ਜਦੋਂ ਉਦਾਸੀ ਦੇ ਗੀਤ ਵੱਧ ਗਾਏ ਜਾਂਦੇ ਸੀ ਹਾਂਜੀ ਕਈ ਪੇਤਲੇ ਵੀ ਲਿਖੇ ਗਏ ਸ਼ਾਇਦ ਤੁਹਾਡੇ ਤੋਂ ਵੀ ਹੈ ਉਹ ਨਹੀਂ ਉਹ ਨਹੀਂ ਲਿਖੇ ਨਹੀਂ ਗਏ ਉਹ ਮੈਂ ਇੱਕ ਤੁਹਾਨੂੰ ਜ਼ਿਕਰ ਕਰ ਦੇਣਾ ਉਸ ਗੱਲ ਦਾ ਮੈਂ ਤੁਹਾਨੂੰ ਇੱਕ ਪਹਿਲਾਂ ਗੱਲ ਕਹਿ ਕੇ ਨਹੀਂ ਮੈਂ ਇੱਕ ਥੋਟ ਲੈ ਕੇ ਚੱਲਦਾ ਜੀ ਜਦੋਂ ਵੀ ਕੋਈ ਗੱਭਰੂ ਹੈ ਕੋਈ ਮੁਟਿਆਰ ਹੈ ਜਦੋਂ ਤਾਂ ਅਸੀਂ ਉਹਨਾਂ ਦੋਨਾਂ ਵੱਲ ਵੇਖਦੇ ਹਾਂ ਉਹ ਅਲੱਗ ਫੀਲ ਹੈ ਲੋਕਾਂ ਦਾ ਅਲੱਗ ਫੀਲ ਹੈ ਪੇਰੈਂਟਸ ਦਾ ਅਲੱਗ ਫੀਲ ਹੈ ਹੁਣ ਜਿੱਦਾਂ ਮੇਰਾ ਬਹੁਤ ਵਧੀਆ ਵੀ ਇੱਕ ਥੋਟ ਸੀਗਾ ਤੁਹਾਨੂੰ ਮੈਂ ਜ਼ਿਕਰ ਕਰਦਾ ਤੁਹਾਡੀ ਪਸੰਦੀਦਾ ਹੈ ਜਾਂ ਨਹੀਂ ਹੈ ਮੈਨੂੰ ਨਹੀਂ ਪਤਾ ਮੈਂ ਵੀਰ ਜਿੰਦਰ ਦਾ ਪ੍ਰੋਜੈਕਟ ਸ਼ੁਰੂ ਕਰ ਲਿਆ ਜਸ਼ਨਦੀਪ ਮੈਂ ਰਿਕਾਰਡ ਕਰ ਲਿਆ ਮੈਂ ਬਾਹਰ ਚਲੇ ਗਿਆ ਫਿਰ ਮੈਂ ਆ ਗਿਆ ਐਂ ਕਰਕੇ ਹਿੱਟ ਹੋ ਗਿਆ ਅਤੇ ਮੈਨੂੰ ਜਸ਼ਨ ਕਹਿੰਦਾ ਦਵਿੰਦਰ ਰਿਕਾਰਡ ਕਰਨਾ ਮੈਂ ਹਾਂ ਨਹੀਂ ਯਾਰ ਕਹਿੰਦਾ ਨਹੀਂ ਰਿਕਾਰਡ ਕਰਨਾ ਮੈਂ ਇੱਥੋਂ ਵੱਡਾ ਸਿੰਗਰ ਹੈ ਅਤੇ ਤੈਨੂੰ ਖਾ ਜੂਗਾ ਕਹਿੰਦਾ ਕੋਈ ਨਹੀਂ ਬਾਪੂ ਖਾ ਜਾਣ ਕਰ ਲਾ ਉਹਨੂੰ ਜਸ਼ਨ ਦੇ ਪਿੰਡੋਂ ਅਸੀਂ ਖੰਡ ਪਾਠ ਸੀ ਨਿਕਲੇ ਨਹਿਰਾਂ 'ਤੇ ਅਸੀਂ ਆ ਕੇ ਹਰੀ ਕੇ ਪਤਨ ਮੈਂ ਲਾਲ ਕਮਲ ਨੂੰ ਫੋਨ ਲਾਇਆ ਮੈਂ ਹਾਂ ਯਾਰ ਮੁੰਡਾ ਰਿਕਾਰਡ ਕਰਨਾ ਕਿਹੜੀ ਕੁੜੀ ਨਾਲ ਕਰਾਂ ਕਹਿੰਦਾ ਗਰਲੇਜ ਨਾ ਕਰ ਲਾਂਗੇ ਮੈਂ ਚਲੋ ਘਰ ਆ ਕੇ ਅਸੀਂ ਉਹ ਰਾਤ ਨੂੰ ਹੀ ਬੈਠੇ ਉਹ ਪ੍ਰੋਜੈਕਟ ਵਿੱਢਿਆ ਗਿਆ ਮਤਲਬ ਉਹ ਮੈਨੂੰ ਇਹ ਸੀ ਟਹਿਣਾ ਸਾਹਿਬ ਵੀ ਮੈਂ ਜਦੋਂ ਮੈਂ ਜਸ਼ਨ ਤੋਂ ਸ਼ੁਰੂ ਹੋਇਆ 7 ਸਾਲਾਂ ਬਾਅਦ ਮੈਨੂੰ ਇਹ ਸੀ ਮੈਂ ਅਪਡੇਟ ਹੋ ਕੇ ਆਵਾਂ ਅਪਡੇਟ ਜਦੋਂ ਕਾਲਜਾਂ 'ਚ ਹੋਈਆਂ ਛੁੱਟੀਆਂ ਦੱਸ ਕਿਹੜੇ ਮੈਂ ਬਹਾਨੇ ਆਵਾਂ ਇੱਕ ਤੁਸੀਂ ਬਹੁਤ ਧਨੰਤਰ ਹੋ ਇਸ ਲਾਈਨ ਦੇ ਵੱਡੇ ਹੋ ਬਾ ਗੁਰਦਾਸ ਮਾਨ ਸਾਹਿਬ ਦਾ ਕੀ ਸੀਗਾ ਗ੍ਰੇਵੀ ਗਈਆਂ ਫੁਲਕਾਰੀਆਂ ਵੀ ਉਹਦੇ 'ਚ ਸੀਗਾ ਆਈ ਡੋਂਟ ਨੋ ਕਿ ਪੰਜਾਬੀ ਹਿੰਦੀ ਨੂੰ ਸ਼ਰਮ ਨਹੀਂ ਉੱਧਰ ਦੇ ਮਾਨ ਸਾਹਿਬ ਨੇ ਡੂਟ ਗੀਤਾਂ 'ਚ ਕਦੇ ਇੰਗਲਿਸ਼ ਨਹੀਂ ਸੀ ਆਈ ਉਹ ਆਪਣੇ ਤੋਂ ਸ਼ੁਰੂ ਹੋਈ ਹੈ ਕਾਲਜਾਂ 'ਚ ਹੋਈਆਂ ਛੁੱਟੀਆਂ ਤੋਂ ਇਹ ਮੈਂ ਕਰ ਲਿਆ ਫਿਰ ਮੈਨੂੰ ਇਹ ਸੀ ਵੀ ਮੈਂ ਹੁਣ ਨਵੀਂ ਜਨਰੇਸ਼ਨ ਵਾਸ ਕਿਉਂਕਿ ਜਦੋਂ ਤੁਸੀਂ ਬਿਜ਼ਨਸ ਕਰਦੇ ਹੋ ਨਾ ਜਿਹੜਾ ਸਾਡਾ ਮਿਊਜ਼ਿਕਲੀ ਬਿਜ਼ਨਸ ਹੈ ਇਹ ਬੇਸਿਕਲੀ ਹੈ ਹੀ 15 ਤੋਂ 25 ਤੱਕ ਦਾ ਜੇ ਤੁਸੀਂ ਉਸ ਤੋਂ ਪਾਸੇ ਜਾਓਗੇ ਤੁਸੀਂ ਮਾਰ ਖਾ ਜਾਓਗੇ ਤੁਹਾਡਾ ਨੁਕਸਾਨ ਹੈ ਸਾਈਡ ਗੀਤ ਹੋਰ ਗੀਤ ਬਹੁਤ ਘੱਟ ਸੁਣਨੇ ਲੋਕਾਂ ਨੇ ਸੁਣਨੇ ਨਹੀਂ ਕੰਪਨੀ ਦੇ ਪੈਸੇ ਨਹੀਂ ਪੂਰੇ ਹੋਣੇ
ਤੁਸੀਂ ਮੈਨੂੰ ਕਹਤਾ ਵੀ ਆ 20 ਲੱਖ ਰੁਪਇਆ ਲਾਉਣਾ ਭਿੰਦਰ, ਮੇਰੇ ਘਾਟਾ ਨਹੀਂ ਪੈਣਾ ਚਾਹੀਦਾ, ਅਤੇ ਮੈਨੂੰ ਤਾਂ ਸੋਚਣਾ ਪਊ ਨਾ ਪੈਣਾ ਸਾਨੂੰ ਨੁਕਸਾਨ ਨਾ ਹੋਵੇ। ਉਹਦੇ ਲਈ ਮੈਂ ਗੀਤ ਜਦੋਂ ਕਾਲਜਾਂ 'ਚ ਹੋਈਆਂ ਛੁੱਟੀਆਂ ਮੈਂ ਗੀਤ ਲਿਖਿਆ, ਉਹਦੇ 'ਚ ਵੱਖਰੇ ਵੱਖਰੇ ਗੀਤ ਆਏ 18 ਜਦੋਂ ਦਾ ਟਰਾਲਾ ਪਾਲਿਆ, ਕੁਛ ਮੈਂ ਉੱਦਾਂ ਦੇ ਕਰਕੇ ਗੀਤ ਬਣਾਏ, ਮੇਰਾ ਪ੍ਰੋਜੈਕਟ ਹਿੱਟ ਹੋ ਗਿਆ, ਮੇਰੇ ਕੋਲ ਵੀਰ ਦਵਿੰਦਰ ਆ ਗਿਆ, ਫਿਰ ਮੈਂ ਉਹਦੇ ਵਾਸਤੇ ਗੀਤ ਲਿਖਦਾ, ਤੇਰੀ ਵੇ ਫਲਾਇੰਗ ਕਿਸ ਨੇ ਕੱਲ੍ਹ ਮੰਮੀ ਤੋਂ ਪਟਾਤੀ ਗੁੱਤ ਮੇਰੀ, ਬਿੱਲੋ ਨੇ ਤੇਰੇ ਮੈਸੇਜ ਨੇ ਮੇਰੇ ਡੈਡੀ ਤੋਂ ਪਰੇਡ ਕਰਾ ਦਿੱਤੀ, ਸਾਰਾ ਯੰਗ ਜਨਰੇਸ਼ਨ 'ਤੇ। ਹੋ ਸਕਦਾ ਵੀ ਕੁਛ ਬੰਦੇ ਉਸ ਨੂੰ ਪਸੰਦ ਨਾ ਕਰਦੇ ਹੋਣ, ਮੈਨੂੰ ਜਦੋਂ ਵੀ ਕੋਈ ਕੰਮ ਕਰਨਾ ਪੈਂਦਾ, ਮੈਂ ਜੇ ਹੁਣ ਵੀ ਮੈਂ ਕੰਮ ਕਰੂੰਗਾ ਤਾਂ ਮੈਨੂੰ ਉਸ ਇਹ ਥੋਟ 'ਚ ਜਾਣਾ ਹੀ ਪਊਗਾ ਜੇ ਮੈਂ ਲੋਕਾਂ ਨਾਲ ਰਲਣਾ। ਪਰ ਤੁਹਾਨੂੰ ਨਿੱਜੀ ਤੌਰ 'ਤੇ ਕਿਸੇ ਐਸੇ ਗੀਤ ਦਾ ਕੋਈ ਅਫਸੋਸ ਹੈ ਕਿ ਨਹੀਂ ਲਿਖਣਾ ਚਾਹੀਦਾ ਸੀ ਅੱਜ ਜਦੋਂ ਮੇਰੇ ਬੱਚੇ ਜਵਾਨ ਨੇ ਜਾਂ ਕੋਈ ਮੈਨੂੰ ਪੁੱਛਦਾ ਹੈ ਤੇ ਫਿਰ ਅਫਸੋਸ ਹੁੰਦਾ ਹੈ ਕਿ ਇਹ ਨਹੀਂ ਸੀ ਲਿਖਣਾ? ਹਰਮਨ ਜੀ ਦੇ ਕਹਿਣ ਦਾ ਭਾਵ ਇਹ ਆ ਵੀ ਤੁਸੀਂ ਮੈਨੂੰ ਗੀਤ ਦਾ ਜ਼ਿਕਰ ਕਰੋ, ਫਿਰ ਤੁਹਾਨੂੰ ਮੈਂ ਸੈਟਿਸਫਾਈ। ਮੈਂ ਤਾਂ ਵੈਸੇ ਗੱਲ ਕਰਦਾ ਵੀ ਉਮਰ ਦੀਆਂ ਜਦੋਂ ਅਸੀਂ ਪੌੜੀਆਂ ਚੜ੍ਹਦੇ ਜੀ, ਉਦੋਂ ਸਾਡੀ ਧਾਰਨਾ ਦੇ ਵਿੱਚ ਇੱਕ ਤਾਂ ਹੁੰਦੇ ਵੀ ਆਹ ਕੰਮ ਕਰਨਾ ਪੈਸੇ ਲਈ, ਕਾਮਯਾਬੀ ਲਈ, ਠੀਕ ਹੈ। ਇੱਕ ਹੁੰਦਾ ਵੀ ਯਾਰ ਅੰਦਰੋਂ ਵੀ ਚੰਗਾ ਲੱਗਣਾ ਜਾਂ ਨਾ ਲੱਗਣਾ, ਉਹ ਕਦੇ ਜਦੋਂ ਹੁਣ ਉਮਰ ਦੀਆਂ ਪੌੜੀਆਂ ਚੜ੍ਹ ਗਏ ਆ ਜਾਂ ਚੜ੍ਹ ਰਹੇ ਆ, ਕਦੇ ਲੱਗਦਾ ਵੀ ਜਿਹੜੇ ਆਹ ਗਾਣੇ ਆ 1, 2, 3, 4, 5 ਵੀ ਇਹ ਯਾਰ ਉਦੋਂ ਲਿਖੇ ਗਏ, ਚੱਲੇ ਵੀ ਬਹੁਤ, ਪਰ ਹੁਣ ਠੀਕ ਜਿਹੇ ਨਹੀਂ ਲੱਗਦੇ। ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ, ਪਰ ਮੇਰੇ ਹਿਸਾਬ 'ਚ ਮੈਨੂੰ ਨਹੀਂ ਪਛਤਾਵਾ, ਕਿਉਂਕਿ ਅਗਰ ਮੈਂ ਕਿਸੇ ਨੂੰ ਦਾਰੂ ਪੀਣ ਦੀ ਗੱਲ ਕਰਦਾ ਤਾਂ ਮੇਰੇ ਨਾਲ ਵਾਲਾ ਬੰਦਾ ਉਹਨੂੰ ਰੋਕਣ ਦੀ ਵੀ ਗੱਲ ਕਰ ਰਿਹਾ। ਮੇਰਾ ਗੀਤ ਤੁਸੀਂ ਬਹੁਤ ਹਿੱਟ ਹੋਇਆ ਸੁਣਿਆ ਹੋਣਾ, ਠੇਕਿਆਂ 'ਤੇ ਪਈ ਜਿਹੜੀ ਬੋਤਲਾਂ 'ਚ ਬੰਦ, ਪਰ ਉਹੀ ਟੁੱਟੇ ਦਿਲਾਂ ਨੂੰ ਸਹਾਰਾ, ਬਹੁਤ ਮਾੜੀ ਗੱਲ ਹੈ ਬੋਤਲ ਦਾਰੂ ਬਾਰੇ ਕਹਿਣਾ, ਇਸ ਕਰਕੇ ਇਸ ਤਸ਼ਬੀਹ ਨਾਲ ਤਰਕ ਨਾਲ ਕਹਿਣਾ ਵੀ ਇਹ ਤਾਂ ਬਹੁਤ ਚੰਗੀ ਆ। ਉਹ ਕਹਿੰਦੀ ਵੀ ਤੈਨੂੰ ਇੱਕ ਭਿੰਦਰਾ ਮੈਂ ਪੁੱਛਦੀ ਹਾਂ, ਗੱਲ ਵੇ ਹੋਇਆ ਕਿੰਝ ਤੇਰੀਆਂ ਮੁਹੱਬਤਾਂ ਦਾ ਹੱਲ ਵੇ, ਮੇਰੀ ਸੋਚ ਆਖਦੀ ਹੈ ਸੁਣ ਸੋਹਣਿਆ ਵੇ ਨਾ ਕਿਸ਼ਤੀ ਤੂਫਾਨਾਂ 'ਚ ਕਿਨਾਰਾ ਦਿੰਦੀ ਹੈ। ਮੁੰਡਾ ਕਹਿੰਦਾ ਠੇਕਿਆਂ 'ਤੇ ਪਈ ਜਿਹੜੀ ਬੋਤਲਾਂ 'ਚ ਮੱਧ, ਉਹੀ ਟੁੱਟੇ ਦਿਲਾਂ ਨੂੰ ਸਹਾਰਾ ਦਿੰਦੀ। ਕਹਿੰਦਾ ਮੇਰੀ ਜ਼ਿੰਦਗੀ 'ਚ ਆਈ ਇੱਕ ਮੁਟਿਆਰ ਸੀ, ਸਾਰਾ ਕੁਛ ਦਿੱਤਾ ਨਹੀਂ ਮੈਂ ਉਹਦੇ ਉੱਤੋਂ ਬਾਹਰ ਸੀ, ਪਤਾ ਨਹੀਂ ਜਹਾਜ਼ ਚੜ੍ਹ ਕਿਹੜੇ ਦੇਸ਼ ਗਈ, ਜਿਹੜੀ ਆਖਦੀ ਸੀ ਜਾਊਂਗੀ ਨਾ ਦੂਰ ਸੋਹਣਿਆ। ਕੁੜੀ ਕੀ ਕਹਿੰਦੀ? ਕਹਿੰਦੀ ਠੇਕਿਆਂ ਦੀ ਦਾਰੂ ਅਤੇ ਮੁੱਲ ਦੇ ਪਿਆਰ ਦਾ ਬਹੁਤਾ ਚਿਰ ਰਹਿੰਦਾ ਨਹੀਂ ਸਰੂਰ ਸੋਹਣਿਆ। ਮੇਰੀ ਕੋਸ਼ਿਸ਼ ਰਹੀ ਹੈ ਅਗਰ ਮੈਂ ਕੋਈ ਵਰਗਲ ਜਾਂ ਕੋਈ ਗੱਲ ਕਰ ਰਿਹਾ ਜਾਂ ਮੈਂ ਕੁੜੀ ਨੂੰ ਆਪ ਮੁਹਾਰੀ ਦਿਖਾ ਰਿਹਾ, ਪਰ ਮੈਂ ਮੇਰੇ ਉਸ ਗੀਤ ਦੇ ਅਗਲੇ ਅੰਤਰੇ 'ਚ ਹੀ ਉਹਨੂੰ ਮੈਂ ਫੜ ਲੈਣਾ, ਉਹਨੂੰ ਮੈਂ ਬਾਹਰ ਨਹੀਂ ਭੱਜਣ ਦੇਣਾ, ਕਿਉਂਕਿ ਅਸੀਂ ਮੁਖੜਾ ਹੀ ਸੁਣਦੇ ਹਾਂ, ਗੀਤ ਨਹੀਂ ਸੁਣਦੇ। ਮੇਰਾ ਗੀਤ ਆਇਆ ਸੀ ਵੀ ਉਹ ਤੁਹਾਨੂੰ ਜਿਹੜੀ ਆਪਾਂ ਗੱਲ ਸ਼ੁਰੂ ਕੀਤੀ ਸੀ, ਦਵਿੰਦਰ ਦੇ ਮੈਂ 7 ਗੀਤ ਲਿਖੇ, 6 ਦਿਨਾਂ 'ਚ 8 ਗੀਤ ਲਿਖ ਕੇ ਅਸੀਂ ਰਿਕਾਰਡ ਕਰ ਲਏ ਦੇ ਆਏ ਲਾਲ ਕਮਲ ਨੂੰ। ਮੈਂ ਹੇਰ ਇੱਕ ਥੋਟ ਫਿਰਦਾ ਮੇਰੇ ਦਿਮਾਗ 'ਚ, ਮੇਰਾ ਭਤੀਜਾ ਉੱਥੇ ਚੰਡੀਗੜ੍ਹ ਕਰਦਾ ਸੀ, ਆਈਲੈਟ ਕਰਦਾ ਸੀ। ਮੈਂ ਕੀ ਕਰਦਾ ਹੁੰਦਾ? ਕਹਿੰਦਾ ਚਾਚਾ ਆਈਲੈਟ ਕਰਦਾ। ਮੈਂ ਉਹ ਕੀ ਹੁੰਦੀ ਹੈ? ਕਹਿੰਦਾ ਉਹ ਕਰਕੇ ਬਾਹਰ ਜਾਂਦੇ। ਮੈਂ ਉਹ ਕਿਵੇਂ ਜਾਂਦੇ? ਸਾਰਾ ਥੋਟ ਮੈਨੂੰ ਰੜਕਦਾ ਸੀ। ਹੁਣ ਟਾਣਾ ਸਾਹਿਬ ਉਹ ਥੋਟ ਹੈ, ਇਹ ਨੈਚੁਰਲੀ ਹੈ ਵੀ ਅਸੀਂ ਉਸ ਚੀਜ਼ ਨੂੰ ਅਸੀਂ ਅਕਸਰ ਗੱਲ ਕਰਦੇ ਹਾਂ, ਸਾਡੇ ਗੀਤਾਂ 'ਚ ਗੱਲ ਕਰਦੇ ਹਾਂ, ਕਿੱਸੇ ਪੜ੍ਹਦੇ ਹਾਂ, ਹੀਰਾਂ 'ਚ ਤੋਂ ਜੇ ਅਸੀਂ ਸ਼ੁਰੂ ਹੁੰਦੇ ਹਾਂ ਅਤੇ ਅੱਜ ਦੇ ਬੱਚੇ ਤੁਸੀਂ ਮੇਰੇ ਲਾ ਲਓ ਤੁਹਾਡੇ ਲਾ ਲਓ ਉਹਨਾਂ ਬੱਚਿਆਂ 'ਤੇ ਗੱਲ ਆ ਜਾਂਦੀ। ਉਹ ਮੇਰਾ ਗੀਤ ਸੀ ਚੋਰੀ ਚੋਰੀ 2 ਮਹੀਨੇ ਚੰਡੀਗੜ੍ਹ ਲਾ ਕੇ ਆਈ, ਲੈਟਸ ਦਾ ਕੋਰਸ ਵੀ ਕਰਿਆ ਜਾ ਕੇ, ਸਾਡੇ ਨਾਲ ਖੇਡ ਗਏ ਕਾਹ ਤੋਂ ਚੱਲ ਵੇ, ਬਿਨਾਂ ਖੰਭੋ ਉੱਡ ਜਾਏਗਾ ਪਰਸੋਂ ਫਲੈਟ ਤੇਰੀ, ਐਡਾ ਵੱਡਾ ਧੋਖਾ ਕੀਤਾ ਮੇਰੇ ਨਾਲ। ਠੀਕ ਹੈ, ਇਹ ਸਿਰਫ ਮੈਂ ਉਸ ਉਮਰ ਦੀ ਹੀ ਗੱਲ ਕਰਦਾ ਤੁਹਾਨੂੰ ਇਹ ਦੱਸਦਾ। ਕਹਿੰਦਾ ਖੌਰੇ ਕਦੇ ਜਾਗ ਪੈਣ ਭਾਗ ਸਾਡੇ ਸੁੱਤੇ, ਆਸਟ੍ਰੇਲੀਆ ਦਾ ਵੀਜ਼ਾ ਲਿਆ ਸਟੱਡੀ ਬੇਸ ਉੱਤੇ, ਐਵੇਂ ਨਾ ਨਹੋਰੇ ਜੇ ਮਾਰ ਸੋਣੀਏ, ਇੱਥੇ ਤਾਂ ਵੈਰੀ ਸਾਡੇ ਪਿਆਰ ਦਾ ਸਮਾਜ, ਇਕੱਠੇ ਹੋਵਾਂਗੇ ਸਮੁੰਦਰਾਂ ਤੋਂ ਬਾਹਰ ਸੋਣੀਏ। ਇਹ 'ਚ ਕੋਈ ਵਰਗਲ ਨਹੀਂ ਹੈਗਾ, ਕੋਈ ਕਿਸੇ ਨੂੰ ਭੜਕਾ ਕੇ ਲਿਜਾ ਨਹੀਂ ਰਿਹਾ। ਠੀਕ ਹੈ ਨਾ, ਉਸ ਨੂੰ ਤੁਸੀਂ ਸਾਰਾ ਜਦੋਂ ਗੀਤ ਸੁਣੋਗੇ ਤੁਹਾਨੂੰ ਇਹ ਲੱਗੂ ਵੀ ਰਾਈਟ ਆ, ਮੇਰਾ ਕੋਈ ਵੀ ਗੀਤ ਆ ਉਹਦੀ ਟੇਲ ਤੋਂ ਤੁਹਾਨੂੰ, ਵੈਸੇ ਮੇਰੀ ਕੋਸ਼ਿਸ਼ ਹੁੰਦੀ ਵੀ ਮੈਂ ਟੇਲ ਉਸ ਪਾਸੇ ਨਹੀਂ ਜਾਂਦਾ, ਕਿਉਂਕਿ ਮੈਂ ਸਮਝਦਾ ਵੀ ਇਹ ਮੈਨੂੰ ਕਿਹਨੇ ਕੀ ਕਹਿਣਾ, ਮੈਨੂੰ ਇੱਥੇ ਗਾਲ ਵੀ ਪੈ ਸਕਦੀ ਹੈ ਜ਼ਿੰਦਗੀ 'ਚ, ਮੈਂ ਮੇਰੇ ਖਿਆਲ 'ਚ ਗਾਲ ਨਹੀਂ ਲਈ ਕਿਸੇ ਤੋਂ। ਜਿਹੜਾ ਗੀਤ ਆ ਵੀ ਜਿਵੇਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਣਿਆ, ਮੈਂ ਹੀ ਚਾਹੁੰਦਾ ਕਿਸੇ, ਇਹਦੇ ਵਿੱਚ 3 ਜਣਿਆਂ ਦਾ ਚਰਿੱਤਰ ਦਾਤ ਨਹੀਂ ਲੱਗਿਆ ਵੀ ਜਿਵੇਂ ਤੈਨੂੰ ਮੈਂ ਚਾਹੁੰਦੀ ਹਾਂ ਉਹ ਅੱਗੇ ਕਿਸੇ ਨੂੰ ਚਾਹੀ ਜਾਂਦਾ? ਚਾਹੁਣਾ ਮਾੜਾ ਨਹੀਂ ਹੈ, ਚਾਹੁਣਾ ਮਾੜਾ ਨਹੀਂ, ਉਹਦਾ ਜ਼ਿਕਰ ਹੈ ਆ ਗਿਆ ਨਾ ਵੀ ਮੇਰੀ ਨੇੜੇ ਹੋ ਕੇ ਸੁਣ ਲਾ ਤੂੰ ਗੱਲ ਵੀ, ਰੋਂਦੀ ਸਹੁਰਿਆਂ ਤੋਂ ਆਈ ਹਾਂ ਮੈਂ ਕੱਲ੍ਹ ਵੀ, ਹਾਲ ਦਿਲ ਦਾ ਸੁਣਾਉਣਾ ਸਾਰਾ ਖੋਲ੍ਹ ਕੇ ਵੀ ਮੈਂ ਤਾਂ ਮੇਰੇ ਚਿੱਤ ਚੋਰ ਨੂੰ, ਉਹਦੀ ਜਿਹੜੀ ਧੱਕੇ ਨਾਲ ਮਜ਼ਬੂਰੀ ਆ ਉਹਦੀ ਸ਼ਾਦੀ ਹੋ ਗਈ। ਜੇ ਅਸੀਂ ਪਿਆਰ ਮੁਹੱਬਤ ਨੂੰ ਮੰਨਦੇ ਹਾਂ ਅਤੇ ਜੇ ਅਸੀਂ ਉਹਦਾ ਇਜ਼ਹਾਰ ਉਹਨੂੰ ਜ਼ਾਹਰ ਕਰ ਦਿੰਦੇ ਹਾਂ ਤਾਂ ਉੱਥੇ ਸਾਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਇੱਕ ਸਾਨੂੰ ਪਤਾ ਨਹੀਂ ਲੱਗਣਾ ਵੀ ਸਾਨੂੰ ਕਿਸੇ ਨੂੰ ਨਹੀਂ ਪਤਾ ਲੱਗਿਆ ਵੀ ਉਹ ਮੁੰਡਾ ਕੁੜੀ ਘਰੋਂ ਭੱਜਦੇ ਕਿਉਂ ਨੇ, ਜੇ ਪਤਾ ਲੱਗ ਜਾਵੇ ਫਿਰ ਕਹਣੋ ਮਗਲੇ ਰੋਕ ਲੈਂਦੇ ਆ ਨਾ। ਉਹਦੇ 'ਚ ਸਿਰਫ ਸ਼ਾਇਰੀ ਇੱਕ ਬਲਬਲਾ ਹੈ, ਕਿੰਨੀ ਉਹਦੇ ਹੋਰ ਗੀਤ ਸੁਣੋ ਤੁਸੀਂ, ਸਾਰਾ ਗੀਤ ਸੁਣੋ ਕਿੱਦਾਂ ਜਾ ਰਿਹਾ ਉਹ ਗੀਤ, ਉਹਦੀ ਰਨਿੰਗ, ਉਹਦੀ ਜਿਹੜੀ ਰਵਾਨਗੀ ਹੈ ਗੀਤ ਦੀ, ਵੀ ਮੈਨੂੰ ਹੁਣ ਸਾਰਾ ਯਾਦ ਨਹੀਂ ਹੈ, ਜੇ ਆਪਾਂ ਕਿਤੇ ਪਹਿਲਾਂ ਗੱਲ ਕਰਦੇ ਸੁਣ ਮੈਂ ਉਹ ਸਾਰਾ ਸੁਣਾਉਂਦਾ। ਵੇਲ ਫੁੱਲਾਂ ਦੀ ਹਰੇਕ ਘਰੇ ਲਾਉਂਦਾ ਵੀ ਕਦੇ ਨਾ ਕੋਈ ਲਾਉਂਦਾ ਥੋਰ ਨੂੰ,
एक सीगा चरण चकोर वाला बहुत बड़ा जिक्र उस गीत का लिखी लेख दी डब वाली वाले सकता ना मेट कोई भी उमें मिलया नहीं चन्न मैनू भिंदर आवे जिमें मिले ना चकोर नू अफसोस तो उन्होंने भी है ना भी मैनू चन्न उमें नहीं मिले जिमें चकोर नू नहीं मिलता जो तुम सारा गीत सुनोगे उदू जो होशा पाना है जो रोंग सैड वो तुम्हें नहीं मिलेगी क्योंकि अं थॉट तो शुरू तो कर सकते हैं पर नभाना तो गीतकार ने ना हूँ मेरी कोशिश ये होंगी है भी मैं उन्होंने रोंग वाले पास ना ले जावा जिथे मैं गाला मिल हाँ बाकी कहते कण चर चंगे भी कहने वाले होंगे तो माड़े भी होंगे जी ठीक है जी पर असी कोशिश मैं की भी मैं मथ के नहीं माड़ा लिखे तो जे कोई जाता भी है कि गीत बहर जाता है नहीं वो तो माइंड चेंज हो जाना नहीं इन बहर नहीं जाना मेरे जे मेरे गीतों दिड़िया कुड़ियां ने पात्र ने ज मुंडे पात्र ने खास करके मैं कुड़ी बहुत वधिया पात्र दिखाया बहुत वधिया गीतों से जिन्हें आपदे माँ की आपदे प्यो की आपदे बाप की इज्जत की भी गल की भाई जी गलबात ना करके बहुत आनंद आ रहा तो किश्त आप दो गल करते हैं ठीक है अज लिए इत ही रोकते हैं ठीक है जी तो हुणे हुणे आप दोबारा शुरू कर लेना कोई गल नहीं कुछ क गल्लां जिहड़ियां तुसीं धर्मप्रीत तुहानूं किवें मिलिया ठीक है धर्मप्रीत नूं किवें तुसीं परवान चढ़ाया ठीक है धर्मप्रीत दे विछोड़े तो बाद तुहाडे मन दे उत्ते तन दे उत्ते की बीती इह नवीं किश्त दे विच गल करदे हुण रोकिए जी फिलहाल दे लई इस किश्त नूं इत्थे ही असीं समेटदे हां जी पर लगातारता बरकरार है अपनी प्रतिक्रिया जरूर साडे तक पहुंचाओ फिलहाल दे लई तन्नां दे इजाजत सति श्री अकाल तुसीं वेखदे रहो प्राइम एशिया टीवी तुहाडा अपना तुहाडे लई ओ दी हाजर है जज दा विचार।